ਜਿਹੜਾ ਬੈਸਟ ਰੇਡਰ ਤੇ ਜਾਫੀ ਹੋਇਆ ਉਹਨੂੰ ਦੋ ਐਲਸੀਡੀਆਂ ਦਿੱਤੀਆਂ ਜਾਣਗੀਆਂ। ਲਓ ਇੱਕ ਪਾਸੇ ਮੈਂ ਦੇਖਦਾ ਕਬੱਡੀ ਪਾਉਣ ਦੇ ਲਈ, ਕਹਿੰਦੇ ਆਹ ਮੁੰਡਾ ਮਹਿਰਾਜ ਵਾਲਾ ਸ਼ੀਰਾ ਗਾ, ਉਧਰ ਮੈਂ ਦੇਖਦਾ ਇੱਕ ਪਾਸੇ ਜਗਤ ਸਿੰਘ ਵਾਲੇ ਦਾ ਸੁੱਖਾ, ਨਾਲ ਕਲਿਆਣਾ ਵਾਲਾ ਨੌਜਵਾਨ ਨਿੱਕੂ ਲੱਗਿਆ ਹੋਇਆ। ਇਹ ਜਿਹੜੇ ਦੇਖਦਾ ਵੀ ਚਾਰੇ ਜਾਫੀ ਹੈ, ਇਹ ਨੌਜਵਾਨ ਕਹਿੰਦੇ ਜਗਤ ਸਿੰਘ ਵਾਲੇ ਦਾ ਸੁੱਖਾ ਪਰ ਮਹਿਰਾਜ ਪਿੰਡ ਵਾਲਾ ਸ਼ੀਰਾ, ਆਪਣੀ ਟੀਮ ਦੇ ਲਈ ਇੱਕ ਅੰਕ ਦਾ ਵਾਅਦਾ ਕਰਦਾ ਹੋਇਆ। ਅਗਲੀ ਕਬੱਡੀ ਕੁਲਦੀਪ ਸਿੰਘ ਪੂਰਾ ਨਾਂ ਗਾ, ਇੱਕ ਸੱਤੋ ਵਾਲੀ ਅਕੀਪਾ ਕੌਣੀ ਦੀ ਟੀਮ ਤੇ ਮਹਿਰਾਜ ਦਾ ਫਾਈਨਲ ਮੈਚ ਚੱਲ ਰਿਹਾ। ਮੈਂ ਸਾਡੇ ਪੰਜਾਬੀ ਵੀਰਾਂ ਨੂੰ ਦੱਸਦਾ, ਸਾਡੇ NRI ਵੀਰਾਂ ਨੂੰ ਦੱਸਦਾ, ਲਓ ਕੁਲਦੀਪ ਸਿੰਘ ਕੌਣੀ ਵਾਲਾ ਕਬੱਡੀ ਪਾਉਣ ਦੇ ਲਈ ਵੱਧ ਹੋਇਆ। ਖੇਡਾਂ ਵਿੱਚੋਂ ਖੇਡ ਕਬੱਡੀ ਸ਼ਾਨ ਪੰਜਾਬੀਆਂ ਦੀ, ਇਸ ਦੇ ਵਿੱਚ ਹੀ ਵਸਤੀ ਲੋਕੋ ਜਿੰਦਜਾਨ ਪੰਜਾਬੀਆਂ ਦੀ, ਵਾਂਗ ਮਸਾਲਾ ਚਿਹਰੇ ਤੱਕਦੇ ਨੇ ਭਲਵਾਨਾਂ ਦੇ, ਵਿੱਚ ਮੈਦਾਨੀ ਪਰਖੇ ਜਾਂਦੇ ਜੋਰ ਜਵਾਨਾਂ ਦੇ। ਉਹਦਾ ਰਾਮਪੁਰੇ ਵਾਲਾ ਲਾਡੀ ਖੜਾ ਗਾ, ਪੁੱਚੋ ਵਾਲਾ ਲੱਖੂ ਖੜਾ ਗਾ, ਨਾਲ ਖਹਿਰਾ ਗਾ, ਨਾਲ ਗੁਰਪ੍ਰੀਤ। ਲੈ ਵੀ ਰਾਮਪੁਰੇ ਵਾਲਿਆ, ਆਹ ਮੁੰਡਾ ਕੈਨੇਡਾ ਖੇਡਿਆ, ਇੱਕ ਪਾਸੇ ਰਾਮਪੁਰੇ ਵਾਲਾ ਮਹਿਰਾਜ ਦੀ ਟੀਮ ਦੇ ਲਈ, ਰਾਮਪੁਰੇ ਵਾਲੇ ਲਾਡੀ ਦਾ ਜਫਾ ਲੱਗਦਾ ਹੋਇਆ। ਤਾੜੀ ਮਾਰ ਦੋ ਨੌਜਵਾਨੋ, ਰਾਮਪੁਰੇ ਵਾਲਾ ਲਾਡੀ ਆਪਣੀ ਟੀਮ ਦੇ ਲਈ ਜਫਾ ਲਾਉਂਦਾ ਹੈ। ਅਗਲੀ ਗੱਲ ਸੰਦੀਪ ਕੋਟ ਜੀ, ਰਾਜ ਸੋਹਣੇ ਕਿ ਜਿਹਦਾ ਮੁੱਲ ਸੀ ਪਹਿਲਾਂ ਕੌਡੀ ਖਾਧੀ ਸੀ ਬਸ ਠੇਡੇ ਵੱਲੋਂ ਲਾਡੀ ਦੀ ਰੇਟ ਤੇ 500 ਰੁਪਏ, ਜਿਹਦਾ ਮੁੱਲ ਸੀ ਪਹਿਲਾਂ ਕੌਡੀ ਖਾਧੀ ਸੀ ਬਸ ਠੇਡੇ, ਹੁਣ ਤਾਂ ਜੋ ਵੀ ਜੁੜਿਆ ਨਾਲ ਕਬੱਡੀ ਵਿੱਚ ਨੋਟਾਂ ਦੇ ਖੇਡੇ ਕਿ ਹਾਕਮ ਵਾਲੀਆਂ ਫੜ ਲਈਏ ਰਫਤਾਰ ਕਬੱਡੀ ਨੇ ਕਿ ਪਿੰਡਾਂ ਵਾਲੇ ਮੁੰਡੇ ਬਣਾ ਤੇ ਸਟਾਰ ਕਬੱਡੀ ਨੇ। ਬਾਈ ਸਰ ਨੇ ਵੱਲੋਂ ਹਰ ਇੱਕ ਕਬੱਡੀ ਤੇ 500 ਰੁਪਏ ਦੇ ਮਾਨ ਸਨਮਾਨ ਦਿੱਤੇ ਜਾਣੇ ਹੈ। ਲਓ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਬੰਬੂ ਦੀ ਹੈ ਮੇਰੇ ਵੀਰੋ, ਬਾਅਦ ਦੀ ਸਤਿਕਾਰਯੋਗ ਸ਼ਖਸੀਅਤ ਸਰਦਾਰ ਕੇਵਲ ਸਿੰਘ ਜੀ ਢਿੱਲੋਂ ਜਿਨ੍ਹਾਂ ਦਾ ਹੈ ਮੇਰੇ ਵੀਰੋ, ਇਹ ਜਿਹੜਾ ਉਹਨਾਂ ਦਾ ਜਨਮ ਭੂਮੀ ਹੈ, ਜਿਨ੍ਹਾਂ ਦਾ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਵੱਡਾ ਨਾਮ ਮੇਰੇ ਵੀਰੋ, ਉਹ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿੱਚੋਂ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਅੱਜ ਦੇ ਮੇਰੇ ਵੀਰੋ ਆਪਣੇ ਨਗਰ ਦੇ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਇਹਨਾਂ ਮੈਚਾਂ ਦਾ ਆਨੰਦ ਮਾਣ ਰਹੇ ਹੈ। ਲਓ ਖੇਡ ਮੈਦਾਨ ਦੇ ਵਿੱਚ ਲਾਡੀ ਮੇਰੇ ਵੀਰੋ ਰਾਮਪੁਰੇ ਵਾਲਾ, ਕਹਿੰਦੇ 2010 ਦੇ ਵਿੱਚ ਕੈਨੇਡਾ ਦੀ ਐਬ ਸਪੋਰਟ ਕਬੱਡੀ ਕਲੱਬ ਦੇ ਲਈ ਨੌਜਵਾਨ ਖੇਡਿਆ, ਬਹੁਤ ਸੋਹਣਾ ਜਫਾ ਲਾ ਕੇ ਆਪਣੀ ਟੀਮ ਦੇ ਲਈ ਇੱਕ ਉੱਤਮ ਅੰਕ ਦਾ ਵਾਅਦਾ ਕਰਦਾ ਹੋਇਆ। ਬਾਈ ਜੁਗਰਾਜ ਸਿੰਘ USA 500 ਰੁਪਏ ਮੇਰੇ ਵੀਰੋ ਇਸ ਕਬੱਡੀ ਦੇ ਉੱਪਰ ਮਾਨ ਸਨਮਾਨ ਭੇਜ ਰਹੇ ਹੈ। ਇੱਕ ਪਾਸੇ ਕਹਿੰਦੇ ਨਿੱਕੂ ਕਲਿਆਣ ਵਾਲਾ, ਇੱਕ ਪਾਸੇ ਮੇਰੇ ਵੀਰੋ ਇਹ ਨਾਓ ਲਾਓ ਖੇਡ ਮੈਦਾਨ ਦੇ ਵਿੱਚ ਬਾਈ ਹੋਈ ਕਬੱਡੀ ਤੇ ਨਿੱਕੂ ਕਲਿਆਣ ਵਾਲੇ ਦੀ ਮੇਰੇ ਵੀਰੋ ਬਹੁਤ ਸੋਹਣੀ ਕੋਸ਼ਿਸ਼ ਕੀਤੀ ਹੈ। ਲਓ ਇਧਰਲੇ ਪਾਸੇ ਸਾਧੂ ਸਿੰਘ ਜੀ ਭੋਡੀ ਪੂਰਾ ਆਖ ਰਿਹਾ ਵੀ ਪੁਆਇੰਟ ਜਿਹੜਾ ਇਹ ਨਾਓਯਨ ਜਾਫੀਰ ਹੈ, ਚੱਲ ਵੀ ਕੁਲਦੀਪ ਸਿਆ ਪਾ ਕਬੱਡੀ ਨਾਓਯਨ ਕਿੱਥੇ ਗਏ ਪੰਜਾਬੀ ਲੈ ਕੇ ਨਾਲ ਕਬੱਡੀ ਨੂੰ, ਤਾਂ ਹੀ ਰੁਤਬਾ ਮਿਲੇ ਅੱਜ ਕਮਾਲ ਕਬੱਡੀ ਨੂੰ। ਸਰ ਨੇ ਬਾਈ ਵੱਲੋਂ ਸਾਡੇ ਵੱਲੋਂ 500 ਰੁਪਇਆ ਕਬੱਡੀ ਦੇ ਉੱਪਰ ਮੇਰੇ ਵੀਰੋ ਮਾਨ ਸਨਮਾਨ ਭੇਜਿਆ ਜਾ ਸੋ ਬਾਈ ਸਰ ਨਾ। ਲਓ ਖੇਡ ਮੈਦਾਨ ਦੇ ਵਿੱਚ ਕੁਲਦੀਪ ਸਿੰਘ ਦੀ ਪਾਈ ਹੋਈ ਕਬੱਡੀ, ਇੱਕ ਪਾਸੇ ਪੁੱਚੋ ਵਾਲਾ ਲੱਖੂ ਹੈ, ਇੱਕ ਪਾਸੇ ਲਾਡੀ ਹੈ। ਲਓ ਕੁਲਦੀਪ ਸਿੰਘ ਕੀ ਕਿਹੜਾ ਕੀਤਾ ਹੋਇਆ। ਹੈਲੋ ਨਛੱਤਰ ਸਿੰਘ ਸਰਪੰਚ ਖੰਡਾ, ਉਹਨਾਂ ਵੱਲੋਂ 500 ਰੁਪਇਆ ਦੋਨੇ ਟੀਮਾਂ ਨੂੰ ਦਿੱਤਾ ਜਾਂਦਾ। ਬਹੁਤ ਸੋਹਣੇ ਲਾਓ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਨੌਜਵਾਨ ਗੱਭਰੂ ਦਾ ਬੋਲ ਹੈ ਧਾਵਾ, ਸਾਹਮਣੇ ਦੇਖਾਂਗੇ ਇਹ ਨੌਜਵਾਨ ਤਿੰਨ ਜਾਫੀਆਂ ਦੇ ਵਿੱਚੋਂ ਇੱਕ ਪਾਸੇ ਨੌਜਵਾਨ ਸੁੱਖਾ ਮੇਰੇ ਵੀਰੋ। ਬਹੁਤ ਸੋਹਣੇ ਕੁਲਦੀਪ ਸਿੰਘ ਦੀ ਪਈ ਹੋਈ ਕਬੱਡੀ ਤੇ ਸੁੱਖਾ, ਬਹੁਤ ਸੋਹਣੀ ਕੋਸ਼ਿਸ਼ ਕਰਦਾ ਹੈ ਇੱਕ ਭੰਡਾਲ ਲੋਨੇ ਵਾਲਾ। ਲੈ ਵੀ ਅਗਲੀ ਗੱਲ ਨੌਜਵਾਨ ਖੇਡ ਮੈਦਾਨ ਦੇ ਵਿੱਚ ਕੰਤੀ, ਉਧਰ ਫਾਈਨਲ ਦੀਆਂ ਆਪਾਂ ਕਬੱਡੀਆਂ ਜਿਹੜੀਆਂ ਵੇਖ ਰਹੇ ਨੇ, ਕਿਉਂਕਿ ਅੱਜ ਮੈਂ ਦੇਖਦਾ ਵੀ ਦੋ ਐਲਸੀਡੀਆਂ ਦੀ ਗੱਲ ਹੋਣੀ ਹੈ, ਕੌਣੀ ਤੇ ਸਾਡੇ ਨੌਜਵਾਨ ਆਪਾਂ ਮਹਿਰਾਜ ਵਾਲੇ ਜਿਹੜੇ ਫਾਈਨਲ ਖੇਡਦੇ ਆ। ਕੌਣੀ ਵਾਲਾ ਕੁਲਦੀਪ ਸਿੰਘ ਕਬੱਡੀ ਪਾਉਣ ਦੇ ਲਈ ਵੱਧ ਹੋਇਆ, ਕਹਿੰਦਾ ਜਿਹੜੇ ਖੇਡਦੇ ਕਬੱਡੀ ਉਹ ਡੰਡ ਨਹੀਂ ਉਹ ਗਿਣਦੇ, ਫੀਤੀਆਂ ਨੂੰ ਲੈ ਕੇ ਕਦੇ ਸਾਥੀਆਂ ਨਹੀਂ ਗਿਣਦੇ, ਕਬੱਡੀ ਦਾ ਜਨੂਨ ਜਿਹੜੇ ਚੋਬਰ ਨੇ ਲਾ ਲਿਆ, ਨਾਗਰੇ ਵਾਲਿਆ ਹੋਏ ਨਾ ਉਸਨੇ ਜੱਗ ਦੇ ਕਮਾ ਲਿਆ। ਹਾਂਜੀ ਜੁਗਰਾਜ ਸਿੰਘ ਜੀ ਵੀਲਾ, ਉਹਨਾਂ ਵੱਲੋਂ ਕਬੱਡੀ ਦੇ 500 ਰੁਪਇਆ ਲੱਗਿਆ, ਉਹਨਾਂ ਤੋਂ ਮਗਰੋਂ ਫੜ ਕੇ ਲੈ ਜਾਣਾ। ਇਹ ਬੇਨਤੀ ਆ ਵੀ ਨੌਜਵਾਨ, ਇੱਕ ਪਾਸੇ ਪੁੱਚੋ ਪਿੰਡ ਵਾਲਾ, ਕਹਿੰਦੇ ਪੁੱਚੋ ਵਾਲਾ ਪਿਰਤਾ ਇਹ ਗੁੱਟ ਫੜੇ ਕੇ ਮਾਰੋ ਤਾੜੀ ਨੌਜਵਾਨ ਦੇ ਨਾਂ ਤੇ, ਪੁਆਇੰਟ ਜਿਹੜਾ ਮੈਂ ਦੇਖਾ ਪੁੱਚੋ ਵਾਲਾ। ਹਾਂਜੀ ਨਛੱਤਰ ਸਿੰਘ ਜੀ ਸਰਪੰਚ, ਉਹਨਾਂ ਵੱਲੋਂ ਦੋਨੇ ਟੀਮਾਂ ਦੇ ਲਈ 500 ਰੁਪਏ ਦਾ ਮਾਨ ਸਨਮਾਨ ਆਇਆ ਜੀ। ਉਧਰ ਜਗਰਾਜ ਸਿੰਘ ਜੀ ਵੀਲਾ USA ਵਾਲੇ ਸਤਿਕਾਰਯੋਗ ਵੀਰ,
ਉਹਨਾਂ ਨੂੰ 10000 ਰੁਪਿਆ ਜਿਹੜੇ ਸਾਡੇ ਇਸ ਟੂਰਨਾਮੈਂਟ ਪ੍ਰਬੰਧਕ ਕਮੇਟੀ ਲਈ ਆਇਆ। ਆਹ ਮੁੰਡਾ ਕਲਿਆਣਾ ਵਾਲਾ ਜਿੱਥੋਂ ਦਾ ਕਪਤਾਨ, ਕਹਿੰਦੇ ਯੂਰਪ ਦੇ ਵਿੱਚ ਜਾਂ ਕੈਨੇਡਾ ਦੀ ਗੱਲ ਕਰੀਏ, ਕਲਕਲਾ ਵਾਲਾ ਅੰਬੂ ਵੀ ਆ ਗਿਆ, ਹਿੰਮਤਪੁਰੀਆ ਗੁੱਗੂ ਵੀ ਆ ਗਿਆ, ਹਰਦੀਪ ਵਰਗੇ ਵੀ ਆ ਗਏ, ਸੁਖ ਹਰਦਾਸੇ ਵਾਲਾ ਵੀ ਆ ਗਿਆ। ਅੱਜ ਮੋਟਰਸਾਈਕਲਾਂ ਦੀ ਗੱਲ ਹੋਣੀ ਹੈ। ਲਓ ਬੱਬੂ ਦੀ ਪਈ ਹੋਈ ਕਬੱਡੀ, ਕਹਿੰਦੇ ਇੱਕ ਕੈਲੀਫੋਰਨੀਆ ਦੀ ਟੀਮ ਦੇ ਲਈ ਖੇਡਣ ਵਾਲਾ ਲੈ ਵੀ ਨੌਜਵਾਨ ਮਨੀ, ਆਪਾਂ ਦੇਖਣਾ ਸੀ ਜਲਾਲ ਵਾਲਾ, ਪਰ ਆਹ ਕਬੱਡੀ ਜਿਹੜੀ ਪੈਂਦੀ ਹੈ, ਮੈਂ ਦੇਖਦਾ ਵੀ ਕੌਣੀ ਪਿੰਡ ਵਾਲੇ ਨੌਜਵਾਨ ਦੀ ਬੱਬੂ ਦੀ ਪਈ ਮੈਦਾਨ ਦੇ ਵਿੱਚ। ਉਧਰ ਰਾਮਪੁਰੇ ਵਾਲਾ, ਰਾਮਪੁਰੇ ਵਾਲਾ ਲਾਡੀ ਹੈ, 2010 ਦੇ ਕੈਨੇਡਾ ਖੇਡਿਆ, ਕਹਿੰਦੇ 75 ਕਿਲੋ ਦਾ ਦੂਜੇ ਨੰਬਰ ਦਾ ਜਾਫੀ ਰਿਹਾ ਕੈਨੇਡਾ ਦੇ ਵੱਖ ਵੱਖ ਖੇਡ ਮੈਦਾਨਾਂ 'ਚ। ਲੈ ਸੰਦੀਪ ਵੀਰ ਅਗਲੀ ਗੱਲ ਦੇ ਸਿਰੇ ਦੀ ਕਰਨੀ ਆ, ਲਓ ਖੇਡ ਮੈਦਾਨ ਦੇ ਵਿੱਚ ਸ਼ੀਰਾ ਮੇਰੇ ਵੀਰੋ ਅਗਲੀ ਕਬੱਡੀ ਪਾਉਂਦਾ ਹੋਏ ਕਿ ਆ ਰਹੀ ਪਿੰਡ ਟੱਲੇਵਾਲ ਮੇਲਾ ਲੱਗਿਆ, ਇਕੱਠ ਹੋ ਗਿਆ ਭਾਰੀ ਕਿ ਦੂਰ ਦੂਰ ਤੋਂ ਪੁੱਜ ਕੇ ਗੱਭਰੂ ਕਰਕੇ ਪੂਰੀ ਤਿਆਰੀ। ਪਹਿਲਾਂ ਫਿਰੂ ਕਸਮਾਰ ਦੋਸਤੋ ਖੇਡੇ ਜਦੋਂ ਖਿਡਾਰੀ ਇੱਕ ਪਾਸੇ, ਮੇਰੇ ਵੀਰੋ ਨਵਜੋਤ ਨਿੱਕੂ ਬਹੁਤ ਸੋਹਣੀ ਕੋਸ਼ਿਸ਼ ਕਰਦਾ, ਪਰ ਪੁਆਇੰਟ ਜਿਹੜਾ ਇਹ ਨਵਜੋਤ ਧਾਵੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਕਿ ਧਾਵੀ ਕਹਿੰਦਾ ਉੱਡ ਉੱਡ ਪਾਓ ਮੈਂ ਕਬੱਡੀਆਂ, ਕਿ ਲੱਤਾਂ ਬਾਹਾਂ ਹੇਕਾਂ ਵਿੱਚ ਤਾਕਤਾਂ ਨੇ ਵੱਡੀਆਂ, ਲੱਤਾਂ ਬਾਹਾਂ ਹੇਕਾਂ ਵਿੱਚ ਤਾਕਤਾਂ ਨੇ ਵੱਡੀਆਂ। ਕੁਲਦੀਪ ਸਿੰਘ ਦੀ ਪਈ ਹੋਈ ਅਗਲੀ ਕਬੱਡੀ ਮੇਰੇ ਵੀਰੋ। ਹਾਂਜੀ, ਨਛੱਤਰ ਸਿੰਘ ਸਾਕੋ ਸਰਪੰਚ ਖੰਡਾ, ਉਹਨਾਂ ਵੱਲੋਂ ਦੋਨਾਂ ਟੀਮਾਂ ਨੂੰ 500 ਰੁਪਇਆ ਜੀ। ਜਿਹੜੀਆਂ ਟੀਮਾਂ ਖੇਡ ਰਹੀਆਂ ਨੇ, ਸਰਦਾਰ ਬਹਾਦਰ ਸਰਦਾਰ ਨਛੱਤਰ ਸਿੰਘ ਜੀ ਖੰਡਾ ਸਾਬਕਾ ਸਰਪੰਚ, ਉਹਨਾਂ ਵੱਲੋਂ ਦੋਨਾਂ ਟੀਮਾਂ ਨੂੰ 500 ਰੁਪਇਆ। ਬਹੁਤ ਸੋਹਣੇ, ਲਓ ਪੁਆਇੰਟ ਜਾਫੀ ਦਾ ਟੱਲੇਵਾਲ ਪਿੰਡ ਮੇਰੇ ਵੀਰੋ, ਸੰਤ ਬਾਬਾ ਸੁੰਦਰ ਸਿੰਘ ਜੀ ਉਹਨਾਂ ਦੀ ਵਰਸੋਈ ਹੋਈ ਧਰਤੀ ਹੈ, ਜਰਰਾ ਜਰਰਾ ਪਵਿੱਤਰ ਧਰਤੀ, ਸੰਤਾ ਮਹਾਂਪੁਰਸ਼ਾਂ ਦਾ ਪਿੰਡ ਹੈ, ਪੰਜਾਬ ਦੇ ਵੱਡੇ ਸਿਆਸਤਦਾਨਾਂ ਦਾ ਪਿੰਡ ਹੈ, ਲਿਖਾਰੀਆਂ ਦਾ ਪਿੰਡ ਹੈ ਮੇਰੀ ਵੀਰੋ, ਖਿਡਾਰੀਆਂ ਦਾ ਪਿੰਡ, ਪੰਜਾਬ ਦੇ ਪ੍ਰਸਿੱਧ ਪਿੰਡਾਂ ਦੇ ਵਿੱਚੋਂ ਪਿੰਡ। ਲਓ ਇਧਰਲੇ ਪਾਸੇ ਲੱਗਿਆ ਹੋਇਆ ਮੇਲਾ, ਦੂਰ ਦੁਰਾਡੇ ਪਿੰਡਾਂ ਵਿੱਚੋਂ ਦਰਸ਼ਕ ਵੀਰ ਵੀ ਜਿਹੜੇ ਰੰਗ ਬਿਰੰਗੀਆਂ ਦਸਤਾਰਾਂ ਸਜਾ ਕੇ ਰੰਗ ਬਿਰੰਗੀਆਂ ਪੁਸ਼ਾਕਾਂ ਪਾ ਕੇ ਪੁੱਜੇ ਹੋਏ ਖੇਡ ਗਰਾਊਂਡ ਦੇ ਦੁਆਲੇ ਜੁੜ ਬੈਠੇ ਬਹੁਤ ਖਬਰੇ ਨੇ। ਹਾਂਜੀ ਸੰਦੀਪ, ਬਹੁਤ ਹੀ ਮਾਣ ਵਾਲੀ ਗੱਲ ਹੈ ਜੀ, ਸਾਡੇ ਸਤਿਕਾਰਯੋਗ ਜਗਰਾਜ ਸਿੰਘ ਜੀ ਬੀਲਾ, ਉਹ ਸਾਡੀ ਸਮੁੱਚੀ ਕਲੱਬ ਨੂੰ 10000 ਰੁਪਏ ਦਿੰਦੇ ਜੀ, ਕੋਟ ਕੋਟ ਧੰਨਵਾਦ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਯੁਵਰਾਜ ਸਿੰਘ ਜੀ, USA ਮੇਰੇ ਵੀਰੋ, ਬੀਲੇ ਤੋਂ ਸਾਡੇ ਵੀਰ ਜਿਹੜੇ ਉਹ ਮਾਇਆ ਦੇ ਗੱਫੇ ਪੁੱਜਦੇ ਕਰ ਰਹੇ ਆ ਟੂਰਨਾਮੈਂਟ ਕਮੇਟੀ ਦੇ ਲਈ। ਲੋ ਬੱਬੂ ਦੀ ਪਈ ਹੋਈ ਕਬੱਡੀ ਨੇ ਭੁੱਚੋ ਵਾਲਾ ਲੱਖੂ, ਮੇਰੇ ਵੀਰੋ ਕੋਸ਼ਿਸ਼ ਕਰਦਾ ਪਰ ਸਾਹਮਣੇ ਦੇਖਾਂਗੇ ਪੁਆਇੰਟ। ਇੱਕ ਖੰਟ ਵਾਲਾ ਬੱਬੂ ਮਾਨ ਪੰਜਾਬੀ ਗਾਇਕੀ ਦੇ ਵਿੱਚ ਬੜਾ ਪ੍ਰਸਿੱਧ ਹੋਇਆ, ਇੱਕ ਆਹ ਨੌਜਵਾਨ ਬੱਬੂ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਬੱਲੇ ਬੱਲੇ ਕਰਵਾਉਂਦਾ ਹੋਇਆ। ਚੱਲ ਵੀ ਸੋਹਣਿਆ ਪਾ ਕਬੱਡੀ ਲਓ, ਸ਼ੀਰੇ ਦੀ ਪਈ ਹੋਈ ਕਬੱਡੀ ਤੇ ਸਾਹਮਣੇ ਦੇਖ ਇੱਕੋ ਕਲਿਆਣ ਵਾਲਾ ਦੂਜੇ ਪਾਸੇ ਸੁੱਖ ਹੈ, ਇੱਕ ਭੰਡਾਲ ਲੋਨੇ ਵਾਲਾ, ਇੱਕ ਆਹ ਨੌਜਵਾਨ ਹੈ। ਲਓ ਇਧਰਲੇ ਪਾਸੇ ਪਈ ਹੋਈ ਮੇਰੇ ਵੀਰੇ, ਤਿੰਨ ਜਾਫੀਆਂ ਦੇ ਵਿੱਚੋਂ ਕਿਹੜਾ ਨੌਜਵਾਨ ਕੋਸ਼ਿਸ਼ ਕਰਦਾ, ਪਰ ਸਾਹਮਣੇ ਦੇਖਣਗੇ ਪੁਆਇੰਟ। ਸੰਦੀਪ ਵੀਰੇ ਮੈਂ ਮਾਫੀ ਚਾਹੁੰਦਾ ਤੇਥੋਂ, ਕਿਉਂਕਿ ਮੈਂ ਤੇਥੋਂ ਕੁਛ ਸਮਾਂ ਮੰਗਦਾ ਗਾ, ਸਾਡੀਆਂ ਕੁਝ ਸ਼ਖਸੀਅਤਾਂ ਨੂੰ ਸਨਮਾਨ ਚਿੰਨ੍ਹ ਦਿੱਤੇ ਜਾ ਰਹੇ ਨੇਗੇ, ਸਾਡੇ ਮਾਨਯੋਗ MLA ਕੇਵਲ ਸਿੰਘ ਢਿੱਲੋਂ ਹਲਕਾ ਬਰਨਾਲਾ, ਸਾਡੀਆਂ ਮਹਾਨ ਸ਼ਖਸੀਅਤਾਂ ਮਕੰਦ ਸਿੰਘ ਪੋਣੀਆ, ਸਰਪੰਚ ਨਸੀਬ ਕੌਰ ਪੁੰਨੀ, ਸਰਨ ਧਾਲੀਵਾਲ, ਮਾਸਟਰ ਮੇਲਾ ਸਿੰਘ, ਚੰਦ ਸਿੰਘ ਢਿੱਲੋਂ, ਹੋਰ ਬਹੁਤ ਮਹਾਨ ਸ਼ਖਸੀਅਤਾਂ, ਸਾਡੀ ਸਮੁੱਚੀ ਕਮੇਟੀ, ਬਹਾਦਰ ਸਿੰਘ ਏੜੀਆ ਸਾਹਿਬ, ਮਲਕੀਤ ਸਿੰਘ ਸਰਾ, ਸਾਰਿਆਂ ਨੇ ਸਨਮਾਨਿਤ ਕੀਤਾ, ਅਸੀਂ ਕੋਟ ਕੋਟ ਧੰਨਵਾਦ ਕਰਦੇ ਹਾਂ ਸਾਰੀਆਂ ਮਹਾਨ ਸ਼ਖਸੀਅਤਾਂ ਦਾ। ਹਾਂਜੀ ਸੰਦੀਪ ਕਰੀ ਆਉਣ। ਬਹੁਤ ਸੋਹਣੇ, ਇੱਕ ਪਾਸੇ ਮੇਰੇ ਵੀਰੋ ਨੌਜਵਾਨ ਜਾਫੀ ਨੇ ਕੋਸ਼ਿਸ਼ ਕੀਤੀ ਹੈ ਕਿ ਪਾ ਕੇ ਜੀਨਾ ਲਾਉਣ ਗੇੜੇ ਬੁਲਟਾਂ ਦੇ ਚੜ ਕੇ ਕੱਢ ਦਿੰਦੇ ਟਾਈਮ ਬਾਅਦ ਛੱਡਿਆਂ 'ਚ ਖੜ ਕੇ TPCCਆਂ ਲੜਾਈ ਮੁੱਲ ਭਾਲਦੇ ਨੇ ਕਿੱਥੋਂ ਦੀ ਦਲੇਰੀ ਮਿੱਤਰੋ, ਕਿ ਪੰਮੇ ਗੱਲਾਂ ਸਾਹ ਨੂੰ ਫਿਰਵਾਉਣਾ ਹੈ ਪੈਂਦਾ, ਸੌਖੀ ਨੀ ਪਲੇਰੀ ਮਿੱਤਰੋ, ਪੰਮੇ ਗੱਲਾਂ ਸਾਹ ਨੂੰ ਫਿਰਵਾਉਣਾ ਹੈ ਪੈਂਦਾ, ਕਿ ਸੌਖੀ ਨੀ ਪਲੇਰੀ ਮਿੱਤਰੋ। ਲਓ ਰੈਫਰੀ ਦਾ ਫੈਸਲਾ ਮੇਰੇ ਵੀਰੋ ਅਟਲ ਫੈਸਲਾ, ਵੀ ਪੁਆਇੰਟ ਜਿਹੜਾ ਉਹ ਧਾਰੀ ਰਹਿ। ਸੂਬਾ ਭੋਡੀਪੁਰੇ ਵਾਲਾ ਵੀ ਕਹਿੰਦੇ ਆਪਣੇ ਸਮੇਂ ਦਾ ਕਬੱਡੀ ਦਾ ਸਟਾਰ ਰਿਹਾ। ਲਓ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਬੱਬੂ ਦੀ ਹੈ, ਇੱਕ ਪਾਸੇ ਚਿੱਟੀ ਪੱਟੀ ਦੇ ਵਿੱਚ ਨੌਜਵਾਨ ਲਾਡੀ ਰਾਮਪੁਰੇ ਦਾ, ਨਾਲ ਭੁੱਚੋ ਵਾਲਾ ਮੇਰੀ ਵੀਰੋ ਜਾਫੀ ਵੀ ਕਮਾਲ ਦਾ। ਲਓ ਪਈ ਹੋਈ ਕਬੱਡੀ ਤੇ
ਦੂਜਾ ਕਾਰਡਲੈਸ ਬੈਕ ਗਰਾਊਂਡ 'ਚ ਭੇਜ ਦਿਓ ਜੀ। ਲਓ ਇੱਧਰ ਦੇ ਪਾਸੇ ਬੱਬੂ ਦੀ ਪਈ ਹੋਈ ਕਬੱਡੀ, ਲਓ ਸਾਹਮਣੇ ਦੇਖਾਂਗੇ ਚਾਰ ਜਾਫੀਆਂ ਦੇ ਵਿੱਚੋਂ ਦੋ ਨੰਬਰ ਤੋਂ ਨੌਜਵਾਨ ਗੁਰਪ੍ਰੀਤ ਸਿੰਘ ਮੇਰੇ ਵੀਰਿਓ ਚੜ੍ਹਦੀ ਬਰੇਸ ਨੌਜਵਾਨ ਨੇ ਕੀਤੀ ਹੋਈ ਕੋਸ਼ਿਸ਼। ਲਓ 75 ਕਿੱਲੋ 73 ਕਿੱਲੋ ਭਾਰ ਦਾ ਇਹ ਬਹੁਤ ਸੋਹਣਾ ਮੈਚ ਖੇਡਿਆ ਜਾ ਰਿਹਾ। ਚੱਲ ਵੀ ਗੱਭਰੂ ਹੈ ਪਾ ਕਬੱਡੀ ਮੇਰੇ ਵੀਰੋ, ਖੇਡ ਮੈਦਾਨ ਦੇ ਵਿੱਚ ਪਈ ਹੋਈ ਅਗਲੀ ਕਬੱਡੀ। ਰਾਮ ਦਾ ਨਾਂ ਕਹਿੰਦੇ ਗੁਰਬਾਣੀ ਦੇ ਵਿੱਚ 2500 ਵਾਰੀ ਆਉਂਦਾ, ਹਰ 8000 ਵਾਰੀ, ਪਰਮੇਸ਼ਰ 100 ਵਾਰੀ, ਨਰਾਇਣ 80 ਵਾਰੀ ਤੇ ਵਾਹਿਗੁਰੂ ਜਿਹੜਾ 47 ਵਾਰ ਦਰਜ ਹੈ ਮੇਰੇ ਵੀਰਿਓ ਪਾਵਨ ਪਵਿੱਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਤੇ ਗੁਰਬਾਣੀ ਦਾ ਜਿਹੜਾ ਫੁਰਮਾਨ ਹੈ ਕਿ ਹੱਸਣ ਖੇਡਣ ਮਨ ਕਾ ਚਾਉ, ਲਿਖੇ ਵਿੱਚ ਗੁਰਬਾਣੀ, ਮੇਲਿਆਂ ਦੇ ਵਿੱਚ ਮਿੱਤਰ ਮਿਲਦੇ, ਖੇਡਾਂ ਦੇ ਵਿੱਚ ਹਾੜੀ, ਨਾਚ ਬਹੁਤ ਸੁੱਕਿਆ, ਗੁੰਡੀਆਂ ਦੇ ਸਿੰਘ ਫਸਣ ਵਾਲੀ ਗੱਲ ਖੇਡ ਮੈਦਾਨ ਦੇ ਵਿੱਚ ਮੇਰੇ ਵੀਰਿਓ। ਸਰਦਾਰ ਕੇਵਲ ਸਿੰਘ ਜੀ ਢਿੱਲੋਂ ਸਾਹਿਬ ਜਦੋਂ ਇਸ ਨਾਚੀ ਜ਼ੁਬਾਨ ਦੇ ਵਿੱਚੋਂ ਇਹਨਾਂ ਸ਼ਖਸੀਅਤਾਂ ਦਾ ਨਾਂ ਲੈਂਦੇ ਹੈ ਤੇ ਮੇਰੇ ਵੀਰਿਓ ਇਹਨਾਂ ਦੇ ਨਾਮ ਦੀ ਵੀ ਤੁਹੀਨ ਹੋ ਜਾਂਦੀ ਹੈ। ਉਹ ਵੀ ਬੈਠੇ ਆਪਣੇ ਬਹੁਤ ਜ਼ਰੂਰੀ ਕੰਮਾਂ ਕਾਰਾਂ ਦੇ ਵਿੱਚੋਂ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਪੁੱਜੇ ਹੋਏ ਹੈ। ਤਹਿ ਦਿਲ ਧੰਨਵਾਦ ਕਰਦੇ ਹਾਂ ਸਾਰੀ ਸੰਗਤ ਵੀ ਜੀਆਂ ਨੂੰ ਆਖਦੀ ਉਹਨਾਂ ਨੂੰ। ਲੈ ਇੱਧਰਲੇ ਪਾਸੇ ਕੁਲਦੀਪ ਸਿੰਘ ਦੀ ਪਈ ਹੋਈ ਕਬੱਡੀ ਤੇ ਅਗਲੀ ਗੱਲ ਮੇਰੇ ਵੀਰਿਓ ਕੰਤੀ ਸਾਡਾ ਵੀਰ। ਹਾਂਜੀ ਬਹੁਤ ਬਹੁਤ ਧੰਨਵਾਦ ਆ, ਕਿਉਂਕਿ ਫਾਈਨਲ ਮੈਚ ਦਾ ਤੁਸੀਂ ਨਜ਼ਾਰਾ ਜਿਹੜਾ ਤੱਕ ਰਹੇ ਹੋ ਪੰਜਾਬੀ ਵੀਰੋ, ਪਹਿਲਾਂ ਬੈਠ ਜਾਓ ਵੀਰ, ਆ ਪਲੇਅਰਾਂ ਨੂੰ ਬੇਨਤੀ ਹੈ ਵੀਰ ਬੈਠ ਜਾਓ ਤਾਂ ਧੰਨਵਾਦ, ਥੈਂਕ ਯੂ। ਉਧਰ ਮੈਂ ਦੇਖਦਾ ਸਾਡੇ ਵੀਰ ਸਰਨ ਵਰਗੇ ਜਿਨ੍ਹਾਂ ਦੀ ਵੱਡੀ ਦੇਣ, ਅੱਜ ਮਾਂ ਖੇਡ ਕਬੱਡੀ ਨੂੰ ਦੋ ਮੋਟਰਸਾਈਕਲ ਮੇਲਿਆਂ ਦੇ ਆ ਐਲ ਸੀਡੀਆਂ ਦੀ ਪਹਿਲੇ ਨਾਮ ਤੇ ਦੂਜੇ ਨਾਮ ਦੀ ਗੱਲ ਹੋ ਰਹੀ ਹੈ। ਉਧਰ ਮੈਂ ਦੇਖਦਾ ਵੀ ਮਹਿਰਾਜ ਪਿੰਡ ਵਾਲਾ ਸ਼ੀਰਾ ਪਾ ਡਬਲ ਟੱਚ ਪੁਆਇੰਟ ਜਿਹੜਾ ਰੇਡਰ ਦਾ ਮੈਚ ਦੀ ਸਮਾਪਤੀ ਹੈ ਜੀ। ਕਿਹੜੀ ਟੀਮ ਜਿੱਤ ਗਈ ਇਸ ਮੈਚ ਦੀ, ਪਹਿਲੇ ਨੰਬਰ ਤੇ ਮੈਨੂੰ ਦੱਸ ਦਿਓ, ਦੂਜੇ ਨੰਬਰ ਤੇ ਕਿਹੜੇ ਮੁੰਡੇ ਆ ਗਏ ਉਹਨਾਂ ਦਾ ਨਾਮ ਵੀ ਮੈਨੂੰ ਦੱਸ ਦਿਓ। ਲਓ ਜੀ ਨੋਟ ਕਰੋ ਦਾਇਰੇ ਦੇ ਮੇਰੇ ਪੰਜਾਬੀ ਵੀਰ, ਕਿਉਂਕਿ ਅੱਜ ਦੇ ਇਸ ਟੂਰਨਾਮੈਂਟ ਦਾ ਇਤਿਹਾਸ ਜਿਹੜਾ ਆਪਾਂ ਸੋਚਦਾ ਧਾਰਾ ਵੀ ਕਿਹੜੇ ਨੂੰ ਨੌਜਵਾਨ ਪਹਿਲੇ ਨੰਬਰ ਤੇ ਆਏ ਆ। ਹੈਲੋ ਨੋਟ ਕਰੋ ਜੀ ਇੱਕ ਮਿੰਟ ਡਾਕਟਰ ਜੀ। ਹਾਂਜੀ ਇੱਕ ਮਿੰਟ ਜੀ, ਤੁਸੀਂ ਬਾਅਦ ਚ ਬੋਲਦੇ ਕੋਈ ਗੱਲ ਨੀ। ਓਕੇ ਜੀ ਬੋਲਣੀ ਹੈ ਗੁਰਦੀਪ ਸਿੰਘ ਯੂਐਸਏ ਵੱਲੋਂ ਦੋਨਾਂ ਟੀਮਾਂ ਨੂੰ 500 ਰੁਪਿਆ। ਕੀ ਬਾਤ ਹੈ ਜੀ, ਨੋਟ ਕਰੋ ਜੀ। ਇਹਦੇ ਮੈਚ ਦੇ ਵਿੱਚੋਂ ਜਿਹੜੀ ਦੋਦਾ ਕੌਣੀ ਦੀ ਟੀਮ ਆ ਉਹਨਾਂ ਦੇ ਪੁਆਇੰਟ ਆ 13, ਜਿਹੜਾ ਮਹਿਰਾਜ ਆ ਜੀ ਉਹਨਾਂ ਦੇ ਪੁਆਇੰਟ ਆ 25.5। ਮਹਿਰਾਜ ਪਹਿਲੇ ਨੰਬਰ ਤੇ ਤਾੜੀ ਮਾਰ ਦੋ ਜ਼ੋਰਦਾਰ, ਤੇ ਦੂਜੇ ਨੰਬਰ ਤੇ ਦੋਦਾ ਕੌਣੀ ਦੀ ਟੀਮ ਜਿਹੜਾ ਬੈਸਟ ਰੇਡਰ ਆ ਨੌਜਵਾਨ ਉਹ ਇੱਕ ਵਾਰੀ ਮੇਰੇ ਨਾਲ ਸੰਪਰਕ ਰੱਖੇ। ਪਹਿਲਾਂ ਬੈਸਟ ਜਿਹੜਾ ਜਾਫੀਆ ਰਾਮਪੁਰੇ ਵਾਲਾ ਲਾਡੀ ਹੈ, ਇੱਕ ਮਿੰਟ ਲਾਡੀ ਵਾਲੇ ਵਾਹਿਕ ਆ ਜਾ, ਸਾਡੇ ਪੰਜਾਬੀਆਂ ਨੂੰ ਪਤਾ ਲੱਗੇ ਵੀ ਲਾਡੀ ਕਿਹੜਾ ਗਾ। ਇਸ ਨੌਜਵਾਨ ਨੇ 8 ਟੱਚ ਕਰਕੇ 4 ਜੱਫੇ ਲਾਏ, ਉਹ ਜਿਹੜੀ 32 ਇੰਚ ਦੀ ਕੈਲੀ ਸੀੜੀ ਪਈ ਆ ਆਹ ਮੁੰਡੇ ਦੇ ਹਿੱਸੇ ਦੇ ਵਿੱਚ ਆਈ ਆ। ਮਾਰੋ ਤਾੜੀ ਇੱਕ ਵਾਰੀ ਨੌਜਵਾਨ ਦੇ ਨਾਂ ਤੇ ਜ਼ੋਰਦਾਰ, ਇਹ ਰਾਮਪੁਰੇ ਵਾਲਾ ਲਾਡੀ ਆ ਜਿਹੜਾ ਬੈਸਟ ਰੇਡਰ ਇਸ ਟੂਰਨਾਮੈਂਟ ਦਾ, ਉਹ ਸਾਡੇ ਸਤਿਕਾਰਯੋਗ ਵੀਰ ਦੱਸਣਗੇ। ਹਾਂਜੀ ਦੋਨਾਂ ਟੀਮਾਂ ਜਿਹੜੀਆਂ ਖੇਡ ਰਹੀਆਂ ਸਨ, ਜਗਰਾਜ ਸਿੰਘ ਬੀਲਾ ਯੂਐਸਏ ਵਾਲੇ ਉਹਨਾਂ ਵੱਲੋਂ 1000 ਰੁਪਇਆ, ਗੁਰਦੀਪ ਸਿੰਘ ਯੂਐਸਏ ਵਾਲੇ ਉਹਨਾਂ ਵੱਲੋਂ ਦੋਨਾਂ ਟੀਮਾਂ ਨੂੰ 500 ਰੁਪਇਆ। ਤੇ ਜਿਹੜਾ ਬੈਸਟ ਰੇਡਰ ਇਧਰਲੇ ਪਾਸੇ ਆ ਮੁੰਡਾ ਗਾ ਮਹਿਰਾਜ ਵਾਲਾ ਜਿਹਨੇ 9 ਕਬੱਡੀਆਂ ਪਾ ਕੇ 9 ਪੁਆਇੰਟ ਲਿੱਟਿਆ, ਇੱਕ ਵਾਰੀ ਇਹਦੇ ਨਾਂ ਤੇ ਵੀ ਤਾੜੀ ਮਾਰ ਦੋ ਮਹਿਰਾਜ ਵਾਲਾ ਕੁਲਦੀਪ ਸਿੰਘ। ਇਸ ਟੂਰਨਾਮੈਂਟ ਦਾ ਬੈਸਟ ਰੇਡਰ ਇਹ ਵੀ ਵਧਾਈ ਦੇ ਪਾਤਰ ਆ। ਤੇ ਆਓ ਜਿਹੜਾ ਹੁਣ ਆਪਾਂ ਓਪਨ ਦੀਆਂ ਟੀਮਾਂ ਦੀ ਗੱਲ ਕਰਦੇ ਆ। ਲੈ ਵੀਰ ਅਮਨ ਮੈਨੂੰ ਲਿਸਟ ਜਿਹੜੀ ਅਗਲੇ ਮੈਚਾਂ ਦੀ ਹਿੰਮਤਪੁਰੇ ਦੀ ਟੀਮ ਦਾ ਜਿਹੜਾ ਮੈਚ ਆਪਣਾ ਵੇਖਣਾ। ਹੈਲੋ ਹੈਲੋ ਪਲੀਜ਼ ਕਮੈਂਟੇਟਰ ਸਾਹਿਬ 2 ਮਿੰਟ ਦੇ ਲਈ, 2 ਮਿੰਟ ਦੇ ਲਈ ਜਿਹੜੀ ਕਾਰਵਾਈ ਆ ਉਹ ਸਟੇਜ ਤੋਂ ਚੱਲਣ ਦਿਓ। ਸਤਿਕਾਰਯੋਗ ਨਗਰ ਨਿਵਾਸੀਓ ਤੇ ਦਰਸ਼ਕ ਵੀਰੋ, ਤੁਸੀਂ ਟੂਰਨਾਮੈਂਟ ਦਾ ਆਨੰਦ ਮਾਣ ਰਹੇ ਹੋ। ਜਿਹੜਾ ਮੈਚ ਤੁਸੀਂ ਵੇਖਿਆ ਉਹਦਾ ਫੈਸਲਾ ਹੋ ਚੁੱਕਿਆ। ਜਿਹੜੇ ਨੌਜਵਾਨਾਂ ਨੇ ਐਲਸੀਡੀਆਂ ਜਾਂ ਐਲਈਡੀ ਜਿੱਤੀ ਹੈ ਉਹਦਾ ਵੀ ਤੁਹਾਨੂੰ ਪਤਾ ਲੱਗ ਚੁੱਕਿਆ। ਜਿਹੜੀਆਂ ਅਗਲੀਆਂ ਟੀਮਾਂ ਜਿਨ੍ਹਾਂ ਦਾ ਮੈਚ ਹੈ ਜਿੰਨਾ ਚਿਰ ਉਹ ਤਿਆਰ ਹੁੰਦੀਆਂ ਓਨੇ ਚਿਰ ਦੇ ਲਈ ਬਹੁਤ ਹੀ ਸਤਿਕਾਰਯੋਗ ਸਰਦਾਰ ਕੇਵਲ ਸਿੰਘ ਜੀ ਢਿੱਲੋਂ ਐਮਐਲਏ ਹਲਕਾ ਬਰਨਾਲਾ ਜਿਹੜੇ ਸਟੇਜ ਤੇ ਬਿਰਾਜਮਾਨ ਹੈ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਚੰਦ ਲਫ਼ਜ਼ ਤੁਹਾਡੇ ਨਾਲ ਸਾਂਝੇ ਕਰਨ। ਸਰਦਾਰ ਕੇਵਲ ਸਿੰਘ ਜੀ ਢਿੱਲੋਂ ਹਲਕਾ ਬਰਨਾਲਾ ਦੇ ਜਿਹੜੇ ਐਮਐਲਏ। ਮੇਰੇ ਬਹੁਤ ਹੀ ਪਿਆਰੇ ਤੇ ਸਤਿਕਾਰਯੋਗ ਬਜ਼ੁਰਗੋ, ਅੱਜ ਮੈਨੂੰ ਪਤਾ ਕਿੰਨਾ ਚਾਹ ਤੁਹਾਨੂੰ ਇੱਥੇ ਕਬੱਡੀ ਮੇਲੇ ਦਾ, ਉਦੋਂ ਜ਼ਿਆਦਾ ਮੈਨੂੰ ਚਾਹ ਆਪਣੇ ਪਿੰਡ ਆ ਕੇ ਔਰ ਐਡਾ ਵੱਡਾ ਮੇਲਾ ਦੇਖ ਕੇ ਇਹ ਕਮਾਲ ਕਰਤੀ। ਮੈਂ ਮੈਨੇਜਮੈਂਟ ਦਾ ਬਹੁਤ ਧੰਨਵਾਦੀ ਹਾਂ, ਮੇਰੇ ਵੀਰ ਸਰਨੇ ਦਾ ਔਰ ਉਹਨਾਂ ਦੇ ਨਾਲ NRI ਜਗਰਾਜ ਔਰ ਸਾਰੇ ਪਿੰਡ ਵਾਸੀਆਂ ਦਾ। ਸਾਡੀ ਭੈਣ ਸਰਪੰਚ ਅੱਜ ਇੱਥੇ ਬੈਠੇ ਨੇ,
मैं कहना चाहना कि जो वीर सरने ने अपने स्वर्गीय पिता सुरजीत सिंह की याद में बुलेट मोटरसाइकिल देने कीते है, ये बहुत वड्डे हौसले वाली गल है कि खेड मेलिया के नाल अपने सारे पिंडा दे विच जिहड़े आपां नशे दे विच डुबे आ उह दूर होने चाहीदे आ। मैं वादा करदा अज स्टेज दे उपरों मैनूं कहा गया कि अज डायरैक्टर साहब आए सी जिहड़े कि साडे वीर है इस पिंड तों सरदार जिंदर सिंह जी धालीवाल, मैं भी उहनां दी सपोर्ट करांगा कि वधिया स्टेडियम अपने पिंड विच इंटरनेशनल लैवल दा बनना चाहीदा। जे ना बनिया तां वादा करदा सरकार आउ 2017 च ਪੰਜਾਬ ਦੇ ਵਿੱਚ ਪਹਿਲਾ ਸਟੇਡੀਅਮ ਬਣੇਗਾ ਤਾਂ ਪਿੰਡ ਟੱਲੇਵਾਲ ਬਣੇਗਾ। ਉਹ ਬੋਲੇ ਸੋਨਹਾ, ਮੈਨੂੰ ਆਪਣੇ ਪਿੰਡ ਤੇ ਬੜਾ ਮਾਣ ਆ, ਮੈਨੂੰ ਆਪਣੇ ਇਲਾਕੇ ਤੇ ਬੜਾ ਮਾਣ ਆ ਕਿ ਅੱਜ ਇਸ ਤਰ੍ਹਾਂ ਦੀਆਂ ਖੇਡਾਂ ਇੰਟਰਨੈਸ਼ਨਲ ਲੈਵਲ ਤੇ ਸਾਡੇ NRI ਵੀਰ ਔਰ ਸਾਡੇ ਪਿੰਡ ਦੀ ਮੈਨੇਜਮੈਂਟ ਸਾਰੇ ਜਿੰਨੇ ਵੀ ਟੂਰਨਾਮੈਂਟ ਵਾਲੇ ਇੱਥੇ ਮੇਰੇ ਭਰਾ ਬੈਠੇ ਨੇ ਔਰ ਸਾਰੀਆਂ ਟੀਮਾਂ ਜਿਹੜੀਆਂ ਖੇਡਣ ਆਈਆਂ ਨੇ ਉਹਨਾਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ। ਮੈਨੂੰ ਪਤਾ ਤੁਸੀਂ ਸਾਰੇ ਇੱਥੇ ਇਸ ਵੇਲੇ ਮੈਚ ਦੇਖਣਾ ਚਾਹੁੰਦੇ ਹੋ, ਤੁਹਾਨੂੰ ਐਸ ਕੋਈ ਮੈਂ ਰੁਕਾਵਟ ਨਹੀਂ ਪਾਉਣੀ ਚਾਹੁੰਦਾ। ਮੇਰੇ ਵੱਲੋਂ ਤੁਹਾਨੂੰ ਲੱਖ ਲੱਖ ਵਧਾਈ ਹੋਵੇ। ਇਹੀ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਬਾਤ ਆ, ਮਾਨਯੋਗ ਕੇਵਲ ਸਿੰਘ ਜੀ ਢਿੱਲੋਂ ਦੇ ਨਾਂ ਤੇ ਇੱਕ ਵਾਰੀ ਜ਼ੋਰਦਾਰ ਤਾੜੀ ਮਾਰੋ ਜੀ, ਜ਼ੋਰਦਾਰ ਸਾਰੇ ਜਣੇ। ਬਹੁਤ ਬਹੁਤ ਧੰਨਵਾਦ ਜੀ ਢਿੱਲੋਂ ਸਾਹਿਬ ਦਾ, ਜਿਨ੍ਹਾਂ ਨੇ ਆਪਣੇ ਕੀਮਤੀ ਵਿਚਾਰ ਤੁਹਾਡੇ ਨਾਲ ਸਾਂਝੇ ਕਰੇ ਆ, ਕਿਉਂਕਿ ਸਾਨੂੰ ਵਿਸ਼ਵਾਸ ਆ ਇਸ ਗੱਲ ਦਾ ਬਈ ਇਹ ਜਿਹੜਾ ਕਹਿ ਕੇ ਜਾਂਦੇ ਆ ਉਹ ਕਰਦੇ ਆ ਪੂਰਾ। ਸੋ ਸਾਰਿਆਂ ਦਾ ਧੰਨਵਾਦ, ਜਿੱਥੇ ਕੇਵਲ ਸਿੰਘ ਢਿੱਲੋਂ ਜੀ ਦਾ ਧੰਨਵਾਦ ਹੈ, ਉਹਨਾਂ ਦੇ ਨਾਲ ਯੁਵਰਾਜ ਬੀਲਾ ਜੀ ਦਾ ਧੰਨਵਾਦ ਹੈ ਤੇ ਹੋਰ ਜਿਹੜੇ ਪਦਵੰਤੇ ਸੱਜਣ ਆਏ ਉਹਨਾਂ ਦਾ ਧੰਨਵਾਦ, ਉਹਦੇ ਨਾਲ ਨਾਲ ਇਹ ਸਾਊਂਡ ਵਾਲਾ ਵੀਰ ਜਿਹੜਾ ਬਹੁਤ ਵਧੀਆ ਮੈਨੇਜ ਕਰ ਰਿਹਾ ਉਹਦਾ ਵੀ ਧੰਨਵਾਦ, ਥੈਂਕਸ। ਹਾਂਜੀ ਅਮਨ ਸੀਨੀਵਾਲ ਜੀ ਕਮੈਂਟਰੀ ਤੇ ਆਉਣ, ਅਮਨ ਸੀਨੀਵਾਲ ਆ ਜਾ ਜੀ। ਅਮਨ ਉਧਰ ਪਾਈ ਹੋਈ ਕਬੱਡੀ ਮੇਰੇ ਵੀਰੋ, ਦੋ ਨੰਬਰੀ ਦੇ ਕਰਮ ਸਿੰਘ ਦਾ ਪੁੱਤ ਅਮਨਦੀਪ ਸਿੰਘ ਅੰਬੂ ਦੇ ਪਰ ਇੱਧਰ ਦੇਖਦਾ ਅਹਿਮਦਪੁਰੇ ਵਾਲਾ ਮੁੰਡਾ ਕਰਦਾ ਹੋਇਆ ਟਰਾਈ ਤੇ ਲਾ ਤਕੜਾ ਹੈ ਜੱਫਾ, ਪੈਂਟ ਆਪਣੀ ਟੀਮ ਦੇ ਉੱਤੇ ਜੋੜਦਾ ਹੋਇਆ, ਚੱਲ ਵੀ ਅਹਿਮਦਪੁਰੇ ਵਾਲੇ ਪਾ ਕਬੱਡੀ, ਚਾਹੇ ਅੱਜ ਕਹਿੰਦੇ ਕਬੱਡੀ ਦਾ ਜਹਾਜ਼ ਮੇਰੇ ਵੀਰੋ ਅਹਿਮਦਪੁਰੇ ਦਾ ਦੀਪ ਨਹੀਂ ਆਇਆ ਪਰ ਉਹਦੀ ਪਿੰਡ ਦੀ ਟੀਮ ਮੇਰੇ ਵੀਰੋ ਅੱਜ ਖੇਡੀ ਜਾ ਰਹੀ ਆ। ਉਹ ਅਹਿਮਦਪੁਰੇ ਵਾਲੇ ਦੀ ਪਾਈ ਹੋਈ ਕਬੱਡੀ ਤੇ ਲੈ ਕੇ ਪੈਂਟ ਵਾਲੇ ਵੱਲ ਭੱਜਿਆ ਜਾਂਦਾ, ਉਧਰ ਕਬੱਡੀ ਪਾਉਣ ਦੇ ਲਈ ਵੱਧਦਾ ਹੋਇਆ ਹਲਕੇ ਹਲਕੇ ਪੱਬ ਧਰਦਾ ਹੋਇਆ ਮੇਰੇ ਵੀਰੋ, ਦੋ ਨੰਬਰੀ ਦੇ ਕਹਿੰਦੇ ਨੀਲੀ ਦੇ ਚਿੱਟੀ ਨਿੱਕਰ ਦੇ ਵਿੱਚ ਯਾਦ ਕਬੱਡੀ ਕਲੱਬ ਘੱਲ ਕਲਾਂ ਵਾਲਿਆਂ ਦਾ ਬਾਹਰ ਵਾਲੀ ਟੋਨੇ ਦਾ ਚੇਤਾ ਖਿਡਾਰੀ ਮੇਰੇ ਵੀਰੋ ਸਰਦਾਰ ਕਰਮ ਸਿੰਘ ਦਾ ਪੁੱਤਰ ਅੰਬੂ ਘੱਲਾਂ ਵਾਲਾ, ਜੱਫਾ ਲਾ ਪਊਗਾ ਕਿ ਨਹੀਂ ਇਹ ਗੱਲ ਮੇਰੇ ਵੀਰੋ ਸਮਝਦੇ ਹੋਣੀ ਆ। ਉਧਰ ਕੰਨੀ ਵਾਲਾ ਜਾਫੀ ਮੇਰੇ ਵੀਰੋ ਕਰਦਾ ਹੋਇਆ ਟਰਾਈ ਤੇ ਲੈ ਕੇ ਪੈਂਟ ਵਾਲੇ ਵੱਲ ਮੁੰਡਾ ਭੱਜਿਆ ਜਾਂਦਾ, ਕਿਉਂ ਤੂੰ ਫਿਰਦਾ ਕੰਧਾਂ 'ਚ ਥਾਪੀਆਂ ਤੂੰ ਮਾਰਦਾ ਕਿ ਪਤਾ ਲੱਗ ਜੂਗਾ ਤੋਲੇ ਹੋਏ ਭਾਰ ਦਾ ਤੇ ਕਿਤੇ ਵੀ ਨੀ ਜੀ ਲੱਗਦਾ, ਘੋੜੀ ਘੋੜੀਆਂ 'ਚ ਵੇਖ ਲਈ ਪਿਆ ਕੇ ਤੇ ਘਰੇ ਪਤਾ ਕੀ ਲੱਗਦਾ। ਉਧਰ ਪਾਈ ਹੋਈ ਕਬੱਡੀ ਮੇਰੇ ਵੀਰੋ ਤੇ ਅਗਲੀ ਗੱਲ ਕਰੇਗਾ ਅਮਨ ਸਿੰਘ। ਅਸੀਂ ਸਰਦਾਰ ਕੇਵਲ ਸਿੰਘ ਢਿੱਲੋਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਸਾਡੇ ਖੇਡ ਮੇਲੇ ਚਾਰ ਚੰਨ ਲਾਏ ਨੇ। ਸਰਦਾਰ ਕੇਵਲ ਸਿੰਘ ਢਿੱਲੋਂ ਸਾਡੇ ਪਿੰਡ ਦੇ ਜੰਪਲ ਲੱਕੀ ਫਰਨੀਚਰ ਵਾਲੇ ਵੀਰ ਕੰਨੀ ਉਹ ਅਹਿਮਦਪੁਰੇ ਦੀ 100 ਰੁਪਏ ਦੇ ਮਾਰ ਜਨਵਾਣ ਆਇਆ, ਲਓ ਉਧਰ ਅਹਿਮਦਪੁਰੀ ਆ ਜੱਫਾ ਲਾਉਣ ਦੀ ਪੁਰੀ, ਉਧਰ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਅਮਨ ਸਿੰਘ ਸੀਨੀਵਾਲ ਨੂੰ ਮਾਨ ਸਨਮਾਨ ਦਿੰਦੇ ਹੋਏ। ਇਹ ਮਾਨ ਸਨਮਾਨ ਐਵੇਂ ਨਹੀਂ ਮਿਲਦੇ ਮੇਰੇ ਵੀਰੋ, ਕੁਛ ਕਰਕੇ ਦਿਖਾਉਣਾ ਪੈਂਦਾ ਕਿ ਮੰਜ਼ਿਲ ਵੀ ਰੱਬ ਦੇ ਦਿੰਦਾ, ਕਿਤਾਬ ਤਾਂ ਹਰ ਇੱਕ ਨੂੰ ਮਿਲ ਜਾਂਦੀ ਪਰ ਪੜ੍ਹਨਾ ਔਖਾ ਏ, ਮੰਜ਼ਿਲ ਵੀ ਰੱਬ ਦੇ ਦਿੰਦਾ ਪਰ ਖੜ੍ਹਨਾ ਔਖਾ ਏ। ਬਹੁਤ ਹੀ ਬਸਮਾ ਬਹਿਸ ਹੈ ਦੋਸਤੋ, ਮੈਂ ਬੇਨਤੀ ਕਰੂੰ ਕੁਲਵੰਤ ਕਾਂਤਾ ਜੀ ਗਰਾਊਂਡ 'ਚ ਪਹੁੰਚ ਜਾਣ। ਕੁਲਵੰਤ ਕਾਂਤਾ ਹੈਲੋ, ਲਓ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਨੌਜਵਾਨ ਜੀ ਮਹਿਲ ਕਲਾ ਪਿੰਡ ਵਾਲਾ ਕਬੱਡੀ ਪਾ ਰਹੇ, ਦੂਜੇ ਪਾਸੇ ਚਾਰ ਜਾਫੀ ਸੈਦੋ ਕਹਿੰਦੀ ਧਰਤੀ ਦੇ ਵਿਚਕਾਰ ਕਹਿੰਦੇ ਦੋ ਨੰਬਰ ਤੇ ਆਜ਼ਾਦ ਸਪੋਰਟਸ ਕਬੱਡੀ ਕਲੱਬ ਐਡਮਿੰਟਨ ਦਾ ਜਾਫੀ ਹੈ ਮੇਰੇ ਵੀਰੋ।
ਬਾਹ ਸੋਹਣੇ ਪੁਆਇੰਟ ਧਾਵੀ ਦੇ ਸਿਰੇ ਤੇ ਜੁੜਦਾ ਹੋਇਆ ਚੱਲ ਵੀ ਗਬਰੂਆ ਪਾ ਕਬੱਡੀ ਦਾ ਅਗੇ ਨਾਲ ਖੇਡ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਮੇਰੇ ਵੀਰੋ ਮੈਂ ਹਲਕੇ ਲਾ ਵੀ ਟੀਮ ਤੇ ਹਿੰਮਤਪੁਰੇ ਦਾ ਖੇਡ ਮੈਦਾਨ ਦੇ ਵਿੱਚ ਮੈਚ ਜਿਹੜਾ ਖੇਡਿਆ ਜਾ ਰਿਹਾ ਲਓ ਸਾਹਮਣੇ ਦੇਖਾਂਗੇ ਦੋ ਨੰਬਰ ਤੋਂ ਜਾਫੀ ਬਾਹ ਸੋਹਣੀ ਕੋਸ਼ਿਸ਼ ਕਰਦਾ ਲਓ ਸਾਹਮਣੇ ਦੇਖਦੇ ਹਾਂ ਹੱਟ ਕਬੱਡੀ ਲਓ ਸਾਹਮਣੇ ਮੇਰੇ ਵੀਰੋ ਦਾ ਅਗੇ ਨਾਲ ਕਲਾ ਪਿੰਡ ਵਾਲਾ ਜਾਫੀ ਕਮਾਲ ਕਰੀ ਜਾਂਦਾ ਕਾਕਾ ਹਿੰਮਤਪੁਰੇ ਵਾਲਾ ਜਿੰਨੇ ਜਫੇ ਲਾਵੇਗਾ ਮਨਦੀਪ ਸਿੰਘ ਵੱਲੋਂ ਨੇ ਸੌ ਸੌ ਰੁਪਈਏ ਦੇ ਮੇਰੇ ਵੀਰੇ ਦਿੱਤਾ ਜਾਣਾ ਹੈ ਕਰਨ ਭੰਗੂ ਕੈਨੇਡਾ ਤੋਂ ਕਹਿੰਦੇ ਉਹਨਾਂ ਨੇ 71,000 ਕਰਨ ਪੰਗ ਕੈਨੇਡਾ ਕੁਲਦੀਪ ਰੰਧਾਵਾ ਜੀ ਬਲਤੇਜ ਗਿੱਲ ਮਾਣੂਗੇ ਕ੍ਰਿਸ਼ਨ ਮਾਣੂਗੇ ਪ੍ਰੇਮ ਮਾਣੂਗੇ ਕਰਨ ਗਿੱਲ ਮਾਣੂਗੇ ਯੂਐਸਏ ਇਕਬਾਲ ਸਿੰਘ ਗਿੱਲ ਮਾਣੂਗੇ ਜੱਸਾ ਗਿੱਲ ਮਾਣੂਗੇ ਸਤਨਾਮ ਮਾਣੂਗੇ ਲੱਭੀ ਸਿੱਧੂ ਕਬੱਡੀ ਖਿਡਾਰੀ ਲਖਵੀਰ ਗਿੱਲ ਮਾਣੂਗੇ ਸਾਰੇ ਵੀਰ ਮੇਰੇ ਵੀਰੋ ਅੱਜ ਦੇ ਇਸ ਕਬੱਡੀ ਟੂਰਨਾਮੈਂਟ ਦੇ ਲਈ ਬਹੁਤ ਵੱਡੇ ਸਹਿਯੋਗ ਨੇ ਲਓ ਖੇਡ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਫਿਰੋਜ਼ਪੁਰ ਦਾ ਏਰੀਆ ਮੇਰੇ ਵੀਰੋ ਹਰਦਾਸਾ ਪਿੰਡ ਜਿੱਥੇ ਕਬੱਡੀ ਦੇ ਵੱਖ ਵੱਖ ਖਿਡਾਰੀਆਂ ਨੇ ਮਸ਼ਹੂਰ ਕੀਤਾ ਬਾਹ ਸੁਣੇ ਅਗਲੇ ਮੈਚ ਦੇ ਵਿੱਚ ਸਾਡਾ ਵੀਰ ਕਹਿੰਦਾ ਦੀਪ ਹਿੰਮਤਪੁਰੇ ਵਾਲਾ ਵੀ ਮੇਰੇ ਵੀਰੇ ਵਿਸ਼ੇਸ਼ ਤੌਰ ਤੇ ਸੰਦੀਪ ਜੀ ਸੰਦੀਪ ਇੱਕ ਮਿੰਟ ਮੈਂ ਬੇਨਤੀ ਕਰਦਾ ਗਾ ਸਾਡੀ ਕਮੇਟੀ ਨੂੰ ਜਿਹੜੀ 73 ਕਿੱਲੋ ਦੀਆਂ ਟੀਮਾਂ ਫਾਸਟ ਤੇ ਸੈਕਿੰਡ ਹੈਗੇ ਸੀ ਉਹਨਾਂ ਨੂੰ ਨਾ ਤਕਸੀਮ ਕਰ ਦਿਓ ਜੀ ਉਧਰ ਬਹੁਤ ਬਹੁਤ ਧੰਨਵਾਦ ਮੈਂ ਬੇਨਤੀ ਕਰਦਾ ਵੀ ਜਿਹੜੀ 73 ਕਿੱਲੋ ਦੇ ਵਿੱਚ ਫਾਸਟ ਤੇ ਸੈਕਿੰਡ ਹੈਗੇ ਸੀ ਟੀਮਾਂ ਉਹਨਾਂ ਨੂੰ ਨਾਮ ਦਿੱਤੇ ਜਾਣ ਜੀ ਸੰਦੀਪ ਭਾਈ ਮੰਗ ਕਰਦੇ ਮਿੱਤਰ ਤੇਰੇ ਗਾਣੇ ਦੀ ਉਧਰ ਕਰਨ ਤੁੰਗ ਕੈਨੇਡਾ ਸਾਡਾ ਵੀਰ ਜਿੱਥੇ ਮੈਂ ਦੇਖਦਾ ਵੀ ਉਹਨਾਂ ਦੇ ਮਿੱਤਰ ਬਾਈ ਲਖਵੀਰ ਸਿੰਘ ਜੀ ਮਾਨੂਕੇ ਗਿੱਲ ਤੋਂ ਕੁਲਦੀਪ ਰੰਧਾਵਾ ਜੀ ਬਲਤੇਜ ਸਿੰਘ ਜੀ ਗਿੱਲ ਮਾਨੂਕੇ ਗਿੱਲ ਕ੍ਰਿਸ਼ਨ ਵੀਰ ਕਰਨ ਗਿੱਲ ਮਾਨੂਕੇ ਗਿੱਲ ਸਾਡਾ ਵੀਰ ਯੂਐਸਏ ਤੋਂ ਜੱਸਾ ਮਾਨੂਕੇ ਗਿੱਲ ਇਕਮਾਲ ਵੀਰ ਸਤਨਾਮ ਜੀ ਵਿਸ਼ੇਸ਼ ਤੌਰ ਤੇ ਧੰਨਵਾਦ ਆ ਅਗਲੀ ਗੱਲ ਬਾਈ ਸੰਦੀਪ ਜੀ ਸਾਡੇ ਸਤਿਕਾਰਯੋਗ ਮਿੱਤਰਾ ਪ੍ਰਸਿੱਧ ਕਮੈਂਟੇਟਰ ਉਹਨਾਂ ਨੇ ਗੱਲ ਕਰਨੀ ਆ ਹਾਂਜੀ ਲਓ ਖੇਡ ਮੈਦਾਨ ਦੇ ਵਿੱਚ ਬਹੁਤ ਸੋਹਣਾ ਮੇਰੀ ਵੀਡੀਓ ਚੱਲਦਾ ਹੋਇਆ ਮੈਚ ਮਨੀਲਾ ਤੋਂ ਵੀਰ ਇੱਕ ਸਾਡਾ ਮਾਇਆ ਦੇ ਗੱਫੇ ਪੁੱਜਦੇ ਕਰਕੇ ਗਿਆ ਕਹਿੰਦਾ 100 ਰੁਪਈਆ ਜੇ ਗੱਗੂ ਪੁਆਇੰਟ ਰਿਹਾ ਤਾਂ ਗੱਗੂ ਦਾ ਨਹੀਂ ਜਾਫੀ ਦਾ ਪੈਸੇ ਇੱਥੇ ਕੋਈ ਵੀਰ ਰੱਖ ਲਓ ਪਾਣੀ ਵਾਲੇ ਤੂੰ ਲੈ ਲਓ ਜਦੋਂ ਗੱਗੂ ਨੇ ਕਬੱਡੀ ਪਾਈ ਲਓ ਇਧਰਲੇ ਪਾਸੇ ਮੇਰੀ ਵੀਡੀਓ ਖੇਡ ਮੈਦਾਨ ਦੇ ਵਿੱਚ ਬਹੁਤ ਸੋਹਣਾ ਮੈਚ ਖੇਡਿਆ ਜਾ ਰਿਹਾ ਹੈ ਗੱਗੂ ਦੀ ਕਬੱਡੀ ਤੇ ਜੇ ਜਾਫੀ ਨੀ ਲਾਦਾ ਜਾਫੀ ਨਹੀਂ ਰੇਟ ਮਹਿਰ ਕਲਾ ਵਾਲਾ ਦੀਪ ਸੰਦੀਪ ਹਰਮਨ ਮਹਿਲ ਕਲਾ ਵਾਲਾ ਜ਼ਿੰਦਗੀ ਦਾ ਸਤਿਕਾਰ ਵੀਰ ਮੇਰੀ ਵੀਡੀਓ ਸੰਦੀਪ ਬਾਈ ਸਟੇਜ ਤੇ ਬਾਈ ਤੇਰੀ ਮੰਗ ਹੋ ਰਹੀ ਹੈ ਇੱਕ ਗਾਣੇ ਦੀ ਆ ਮਿੱਤਰ ਬੈਠੇ ਆ ਹਾਂਜੀ ਇੱਕ ਕਿਉਂਕਿ ਗਾਣੇ ਦੀ ਮੰਗ ਕਰ ਰਿਹਾ ਸਾਡੇ ਵੀਰ ਹਾਂਜੀ ਬਾਹ ਸੋਹਣੇ ਲਓ ਖੇਡ ਮੈਦਾਨ ਦੇ ਵਿੱਚ ਬੱਲੇ ਬੱਲੇ ਹੋ ਗਈ ਮਿੱਤਰੋ 22 ਤੇ 23 ਫਰਵਰੀ ਜਿਹੜੀ ਜੋਧਪੁਰ ਚ ਮੈਨੇ ਕਬੱਡੀ ਕੱਪ ਦੀ ਹੈ ਉਹ ਵੀ ਵੀਰ ਸੱਦੇ ਦੇ ਰਹੇ ਮੇਰੇ ਵੀਰੋ 22 ਤੇ 23 ਫਰਵਰੀ ਜੋਧਪੁਰ ਚ ਮੈਨੇ ਕਬੱਡੀ ਟੂਰਨਾਮੈਂਟ ਦੀ ਹੈ ਤੇ 23 ਫਰਵਰੀ ਹੋਈ ਜਿਹੜੀ ਲੱਖੇ ਦੇ ਕਬੱਡੀ ਕੱਪ ਦੀ ਹੈ ਲਓ ਖੇਡ ਮੈਦਾਨ ਦੇ ਵਿੱਚ ਨਾਗਿਆਨ ਸ਼ੀਰੇ ਦੀ ਪਈ ਹੋਈ ਕਬੱਡੀ ਤੇ ਮਹਿਲ ਕਲਾ ਵਾਲਾ ਜਾਫੀ ਮੇਰੀ ਵੀਰੋ ਕੋਸ਼ਿਸ਼ ਕਰਦਾ ਦਿਆਲਪੁਰੀਆ ਦੇਬਾ ਗੱਲ ਭਾਵੇਂ ਮੇਰੇ ਵੀਰੋ ਵਰਲਡ ਕੱਪ ਦੀ ਹੋਵੇ ਇਸ ਵੀਰ ਨੇ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਸੁੱਖੀ ਢਾਲੀਵਾਲ ਪੰਡਿਤ ਨੈਣੇ ਵਾਲੀ ਆ ਉਹਨਾਂ ਦਾ ਵੀ ਇਸ ਟੂਰਨਾਮੈਂਟ ਨੂੰ ਬਹੁਤ ਵੱਡਾ ਸਹਿਯੋਗ ਹੈ ਅੱਜ ਕਬੱਡੀ 365.com ਦੇ ਨਾਲ ਜੁੜੇ ਬੈਠੇ ਮੇਰੇ ਵੀਰੋ ਆਨੰਦ ਮਾਣ ਰਹੇ ਇਹਨਾਂ ਮੈਚਾਂ ਦਾ ਸੁੱਖੀ ਢਾਲੀਵਾਲ ਤੇ ਪੰਡਿਤ ਨੈਣੇ ਵਾਲੀ ਆ ਚੱਲ ਵੀ ਸੋਹਣਿਆ ਪਾ ਕਬੱਡੀ ਆ ਕਹਿੰਦੇ ਨੌਜਵਾਨ ਹਰਦਿਆਲ ਹਰਦਾਸੇ ਵਾਲੇ ਦਾ ਵੀਰ ਮੇਰੇ ਵੀਰੋ ਮੈਦਾਨ ਦੇ ਵਿੱਚ ਹੈਰੀ ਕਬੱਡੀ ਪਾ ਰਹੇ ਲਓ ਸਾਹਮਣੇ ਚਾਰ ਜਾਫੀਆਂ ਦੇ ਵਿੱਚੋਂ ਕਿਹੜਾ ਨੌਜਵਾਨ ਅੱਗੇ ਹੋ ਕੇ ਕੋਸ਼ਿਸ਼ ਕਰਦਾ ਕਿ ਟੱਕਰ ਪੈ ਗਈ ਸ਼ੇਰਾਂ ਦੀ ਖੜ ਕੇ ਵੇਖੂ ਕੁੱਲ ਜਵਾਨਾਂ ਕੱਪ ਹੋਈਓ ਜਿੱਤਣਗੇ ਜਿਨ੍ਹਾਂ ਦੇ ਡੌਲਿਆਂ ਪੱਟਾਂ ਵਿੱਚ ਜਾਣਾ ਕੱਪ ਹੋਈਓ ਜਿੱਤਣਗੇ ਹਾਂਜੀ ਸੰਦੀਪ ਤੇਰੇ ਲਈ ਗੱਫੇ ਖੁੱਲ ਗਏ ਸਾਡੇ ਵੀ ਸੰਦੀਪ ਜਿਹੜਾ ਬਹੁਤ ਅੱਛਾ ਕਮੈਂਟਰ ਹੈ ਗੁਰਦੀਪ ਸਿੰਘ ਯੂਐਸਏ ਦੇ ਇਹਨੇ ਵਾਲੇ ਨੂੰ 100 ਰੁਪਏ ਜੀ ਠੀਕ ਹੈ ਧੰਨਵਾਦ ਵੀਰੇ ਗੁਰਦੀਪ ਸਿੰਘ ਜੀ ਯੂਐਸਏ ਉਹ ਵੀ ਇਹਨਾਂ ਬੋਲਾਂ ਤੋਂ ਖੁਸ਼ ਹੋ ਕੇ ਮਾਇਆ ਦੇ ਗੱਫੇ ਭੇਜ ਰਹੇ ਹੈ ਲੈ ਇਧਰਲੇ ਪਾਸੇ ਦੀਪ ਮੇਰੇ ਵੀਰੋ ਲਾਓ ਹਿੰਮਤਪੁਰੀ ਆ ਗੱਗੂ ਖੇਡ ਮੈਦਾਨ ਦੇ ਵਿੱਚ ਇੰਟਰਨੈਸ਼ਨਲ ਖਿਡਾਰੀ ਮੇਰੇ ਵੀਰੋ ਖੇਡ ਕਬੱਡੀ ਦੀ ਬਦੌਲਤ ਦੁਨੀਆ ਦੇ ਵੱਖੋ ਵੱਖਰੇ ਮੁਲਕਾਂ ਦੀ ਸ਼ੈਰ ਕਰਨ ਵਾਲਾ ਨਾਗਿਨ ਲਓ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣਾ ਹੈ ਲੈ ਵੀ ਪਾਣੀ ਵਾਲਿਆ 100 ਰੁਪਈਆ ਜਿਹੜਾ ਹੈ ਗੱਗੂ ਦੇ ਲਈ ਮਨੀਲਾ ਵਾਲੇ ਵੀਰ ਦਾ ਪਹੁੰਚਦਾ ਕਰਦੇ ਥੈਂਕ ਯੂ ਲੈ ਇਧਰਲੇ ਪਾਸੇ ਪਈ ਹੋਈ ਕਬੱਡੀ ਸਾਹਮਣੇ ਚਾਰ ਜਾਫੀ
हिम्मतपुरे की धरती है एक घला का अंबू मेरे वीरों तीन हिम्मतपुरे की धरती रहे ने लो खेड मैदान के बल्ले बल्ले होगी मित्रों के बीकानेर तो ऊठ लिया दे के रोक पचासी के सहने के झांजर बनती मुसर बनती काठी के भाई बखतावरे टगुए बनते रले बने गंडासी के रौद्या के कुंडे बनते शहर पदौड़ की चाटी हेलो जे सीपा जफा लाऊदा लकी फर्नीचर वालों 100 रुपये का नाम आजी की तू मेरे बेनती है स्टेज को पहुंचे की तू टुंडा लाओ सुने लाओ खेड मैदान मैं कहना बड़ा दीप अगली कबड्डी पाने हुए है एक पास याद स्पोर्ट्स कबड्डी क्लब एडमिंटन का मेरी वीडियो कहते कावल गिल माणुकिया वाले का जथेदार हाकम सिंह टोने बारे वाली चहेता खिडारी है लाओ हवीती वाले काले भरावान वाला प्यार है दूजे पास सैतोंगिया वाला खेड मैदान बल्ले बल्ले करवा रहे मेरी वीडियो लो चलता हुआ मैच जरा समाप्त हाँ जी कि टीम इस मैच की जीतू है कृपा करके सानू दस दो आप दर्शकों के जी वैसे तो पता ही होंगे भी हिम्मतपुरा जेतू है पर माड़ा कन्फर्म कर लेना ठीक है हेलो संदीप हाँ जी कीतू टुंडा उन्हें सम्मान किया जा रहा जी कीतू हाँ कीतू टुंडा जिथे मेरी आवाज सुनता साढ़े प्रबंधकों को अपना सम्मान चल ले जाए जी कीतू टुंडा हिम्मतपुरा जी टीम जी चलते हुए मैच की जेतू टीम है ये कृपा करके कृपा करके नोट कर लो हिम्मतपुरे की टीम जी की तू टुंडा जिथे मेरी आवाज सुनता पत्र किले का उन्हें दूजे नाम देना जी और प्लीज साड़ी मैनेजमेंट नूं मिल ले जी की तू टुंडा हां जी संदीप जी असीं बहुत बहुत धन्यवाद करते हैं जिन्होंने 73 किलो का फर्स्ट इनाम भाई दविंदर धालीवाल जी 21,000 रुपया उधर की तू टुंडा जी उन्होंने वालों 15,000 रुपया उन्हों का भी धन्यवाद जिन्हों वालों एल सीडिया दिखा जाए भाई निर्मल सुखपाल धालीवाल आरती उन्होंने धन्यवाद असं बहुत बहुत करते हैं साढ़े मित्रों का हाँ जी हेलो हाँ जी आ जाए कांती कि तू कांती हाँ जी आ जा ग्राउंड च आ जा बड़ा लै भी हरमन महल करा लिया तू भी ना हो पा दे कबड्डिया कांती आ जा ग्राउंड च मैच शुरू करा माड़ा जा आ गए आ गए उधर फोन आ रहा मित्र का क्योंकि साढ़ा तो आपस में प्यार जो नौजवान का कुणसा की टीम ग्राउंड हाँ जी आ दसो मेरे गोंदवाल की टीम है जी भाई एक मेरे को गोंदवाल की टीम का जरा महाराज की टीम फर्स्ट आई है जी 73 किलो की भाई मैं बेनती करता महाराज वाले भी अपना प्राइज ला जा ठीक है जी कोई ना चीमा जोधपुर 22-23 आ भाई महाराज वाले मुंडे जी इन्हों प्राइज दो धन्यवाद करते हैं साढ़े वीर कुणसा वाले मुंडे का ग्राउंड के जी गोंदवाल मेरे को लिखा हुआ लिस्ट से धन्यवाद आ क्योंकि अवतार भाई साढ़े वीर लखवीर सिंह जी जीवा विशेष तौर पर पत्रकार भीर जी आया बेनती भी कृपा करके गोंदवाल की टीम का जो मैच है कुणसा के नाल कुणसा की टीम ग्राउंड चाहिए जी अगले मैच की मैं लिस्ट बढ़ाओ जो वीर को हेलो हाँ जी लंगर कमेटी वाले बेनती है भी जो लंगर चल रहा जी चाबी उन्होंने बढ़ा दो जी ठीक है जी लंगर कमेटी वाले बेनती है जी जे जिथे लंगर चल रहा जी हाँ जी उस कमरे की चाबी वो कमेटी ने पहुंच दी कर दो जी भाई जी राय सर दे अलीपुर खान सर सीनीवाल दे सगेड़ा भाई गोदवाल आ गई चलो जी छोड़ा गोदेवाल आ गई जी गोदवाल नहीं गोदेवाल की टीम आ इस बार जो मैच लगना गा बेनती है हिम्मतपुरे की टीम के महलकला के मैच तो बाद हुण कुणसा दे गोंदेवाल की टीम का मैच उस शीनीवाल की टीम ते संघेड़ा रायसर दे अलीपुर खालसा नाल ही साडा सत्कारयोग वीर जिते मैं बहुत बहुत धन्यवाद करता साडे मित्र जिहड़े विशेष तौर ते आ जिहड़े नौजवान वीर इन्हां प्लेयरां दे सत्कार कर रहे ने उत्थे जादविंदर सिंह जी वस्तगढ़ वो कहिंदा वी जिन्ने वी जीमियां वाला जफ्फा साडा नौजवान वीर जफ्फे लाऊगा पांडी उसे हर एक पॉइंट का 500 रुपया दिता जाऊगा भाई यादविंदर सिंह जी वस्तगढ़ उन्होंने वो पांडी के लिए 500 रुपया हर एक पॉइंट का जोड़ा भाई जी की तू टुंडा ग्राउंड च आ जाए उन्होंने जोड़ा सैकंड प्राइज देना की तू टुंडा जी आ जाओ जी जिथों भी आ हाँ जी गोंदेवाल टीम है जी गोंदेवाल भाई अद्धे प्लेयर आए बाकी किधर गए गोंदेवाल वाले
ਹਾਂਜੀ ਸਾਡੇ ਦਰਮਿਆਨ ਸਾਡੇ ਬਹੁਤ ਹੀ ਜੀਜ ਮਿੱਤਰ ਗੁਰਦੀਪ ਸਿੰਘ ਯੂਐਸ ਵਾਲੇ ਕੀ ਬਾਤ ਹੈ ਉਹ ਇੱਧਰ ਸਪੈਸ਼ਲ ਤੌਰ ਤੇ ਜਾਨੇ ਟੂਰਨਾਮੈਂਟ ਦੇਖਣੇ ਆਏ ਨੇ ਹਾਂ ਕੱਲ ਸਾਡੇ ਮਿੱਤਰ ਨੇ ਤੇ ਨਾਲ ਹੀ ਨਾਮ ਦੇ ਰਹੇ ਨੇ ਸਾਰੇ ਕਮੈਂਟਰਾਂ ਨੂੰ ਵੀ ਨਾਮ ਦਿੱਤੇ ਨੇ ਸਾਰੀਆਂ ਟੀਮਾਂ ਨੂੰ ਜੋ ਖੇਡ ਰਹੀਆਂ ਉਹਨਾਂ ਨੂੰ ਵੀ ਨਾਮ ਦਿੱਤੇ ਨੇ ਇੱਕ ਇਹ ਵੀ ਖੁਸ਼ੀ ਦੀ ਗੱਲ ਹੈ ਜੀ ਕਬੱਡੀ 365 ਦੇ ਦਵਿੰਦਰ ਧਾਲੀਵਾਲ ਜਿਨ੍ਹਾਂ ਨੇ 75 ਕਿਲੋ ਦਾ 73 ਕਿਲੋ ਦਾ ਫਸਟ ਪ੍ਰਾਈਜ਼ ਆ ਉਹ ਕਬੱਡੀ 365 ਨਾਲ ਜੁੜ ਚੁੱਕੇ ਆ ਬਾਈ ਜੀ ਗੋਂਦੇਵਾਲ ਦੀ ਟੀਮ ਦਾ ਮੈਚ ਹੈ ਗੋਬਿੰਦਵਾਲ ਨੇ ਮੈਂ ਪੁੱਛਿਆ ਸੀ ਗੋਂਦੇਵਾਲ ਮੁੰਡਿਆਂ ਨੇ ਮੈਨੂੰ ਕਿਹਾ ਵੀ ਜਿਹੜੇ ਸਾਡੇ ਨਗਰ ਦੀ ਟੀਮ ਆ ਧੰਨਵਾਦ ਆ ਤੇ ਨਾਲ ਸਾਡੇ ਵੀਰ ਗੁਰਦੀਪ ਸਿੰਘ ਜੀ ਯੂਐਸਏ ਧੰਨਵਾਦ ਸਾਡੇ ਮਿੱਤਰ ਅਜੀਜ ਬਹੁਤ ਸਤਿਕਾਰਯੋਗ ਸ਼ਖਸੀਅਤ ਆ ਕੱਲ ਵੀ ਸਾਡੇ ਨੌਜਵਾਨ ਮਿੱਤਰਾਂ ਨੇ ਬੜੇ ਮਾਨ ਸਨਮਾਨ ਕੀਤੇ ਆ ਹੁਣ ਜਿਹੜਾ ਮੈਚ ਘੁਣਸਾਂ ਦੀ ਟੀਮ ਆ ਤੇ ਗੋਂਦੇਵਾਲ ਹਾਂਜੀ ਇੱਕ ਮਿੰਟ ਸਿਮਰਜੀਤ ਇੱਕ ਮਿੰਟ ਜੀ ਆਪਾਂ ਬੈਸਟ ਰੇਟ ਦੇ ਜਾਫੀ ਨੂੰ ਐਲਸੀਡੀਆਂ ਦੇ ਰਹੀਆਂ ਨੇ ਉਹ ਮੈਂ ਬੇਨਤੀ ਕਰਦਾ ਬਾਈ ਨਿਰਮਲ ਤੇ ਸਿਪਾਲ ਜੀ ਆਰਤੀਆ ਧਾਲੀ ਵਾਲੋ ਆ ਜਾਣ ਚਲੋ ਜੀ ਸ਼ੁਰੂ ਕਰਵਾ ਮੈਚ ਜੀ ਆਪਾਂ ਸ਼ੁਰੂ ਕਰਵਾ ਮੈਚ ਸ਼ੁਰੂ ਕਰਵਾ ਗੋ ਨੌਜਵਾਨ ਉਧਰ ਬੈਸਟ ਰੇਟ ਦੇ ਜਾਫੀ ਨੂੰ ਸਿਪਾਲ ਜਾਓ ਵੀਰੇ ਇਹਨਾਂ ਵਾਲੇ ਐਲਸੀਡੀ ਦਿੱਤੀ ਜਾਣੀ ਹੈ ਜੀ ਬਾਈ ਬੈਸਟ ਰੇਟ ਦੇ ਵਿੱਚ ਜਾਫੀ ਨੂੰ ਨਿਰਮਲ ਤੇ ਸਿਪਾਲ ਧਾਲੀ ਵਾਲੋ ਆਰਤੀ ਸਾਡੇ ਵੀਰ ਇਹਨਾਂ ਵੱਲੋਂ ਦੋ ਐਲਸੀਡੀਆਂ 32 ਇੰਚ ਦੀਆਂ ਇੱਕ ਮੁੰਡਾ ਗੁਰਪ੍ਰੀਤ ਦਾ ਕੁਲਦੀਪ ਸਾਰੀ ਤੇ ਦੂਜਾ ਨੌਜਵਾਨ ਰਾਮਪੁਰੇ ਵਾਲਾ ਲਾਡੀ ਹੈ ਉਹਨਾਂ ਨੂੰ ਐਲਸੀਡੀਆਂ ਦਿੱਤੀਆਂ ਜਾਣਗੀਆਂ ਜੀ ਹਾਂਜੀ ਬਾਈ ਜੀ ਹਰਮਨ ਜੀ ਹੁਣ ਗਰਾਊਂਡ ਦੀ ਕਾਰਵਾਈ ਜਾਰੀ ਰੱਖੋ ਅਗਲੀ ਗੱਲ ਹਰਮਨ ਮਹਿਲਕਲਾ ਹੈਲੋ ਹਾਂਜੀ ਦਰਸ਼ਕ ਜੀ ਦੱਸ ਦੇਣਾ ਚਾਹੁੰਦੇ ਆ ਬਾਈ ਤੇ 23 ਫਰਵਰੀ ਦਿਨ ਐਤਵਾਰ ਤੇ ਸੋਮਵਾਰ ਨੂੰ ਸਰਕਾਰੀ ਹਾਈ ਸਕੂਲ ਚੀਮਾ ਜੋਗੇ ਬੀਮਾ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਜੀ ਖਿਡਾਰੀ ਵੀ ਨੋਟ ਕਰ ਲੈਣ ਬਾਈ ਤੇ 23 ਫਰਵਰੀ ਦਿਨ ਐਤਵਾਰ ਤੇ ਸੋਮਵਾਰ ਨੂੰ ਚੀਮਾ ਜੋਗੇ ਬੀਮਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਜੀ ਸ਼ੁਰੂ ਕਰਾਓ ਜੀ ਮੈਚ ਬਾਈ ਸਿਮਰਜੀ ਦਾ ਧੰਨਵਾਦ ਸੰਦੀਪ ਦਾ ਜਿਨ੍ਹਾਂ ਨੇ ਕਬੱਡੀ 365 ਦੇ ਲਾਈਵ ਜਿਹੜੇ ਮੈਚ ਵਿਦੇਸ਼ਾਂ 'ਚ ਦਿਖਾਏ ਨੇ ਉਹ ਵੀਰ ਦਾ ਧੰਨਵਾਦ ਕਰਦਾ ਸੰਦੀਪ ਧਾਲੀਵਾਲ ਕਬੱਡੀ 365 ਦਾ ਉਸ ਵੀਰ ਦਾ ਵੀ ਧੰਨਵਾਦ ਆ ਸਾਰੇ ਵੀਰਾਂ ਅੰਤਿਮ ਮੈਚ ਮਾਂ ਖੇਡ ਕਬੱਡੀ ਦਾ ਜਿਹੜਾ ਮੇਰੇ ਵੀਰੇ ਸਟਾਰਟ ਹੋਣ ਲੱਗਿਆ ਜਿਹੜੀ ਟੀਮ ਦਰਸ਼ਕ ਵੀਰੇ ਉਹ ਘੁਣਸ ਪਿੰਡ ਦੀ ਆ ਉਹ ਆਪਣੇ ਪਿੰਡ ਵਾਲੀ ਸਾਈਡ ਤੇ ਮੇਨ ਗੇਟ ਵਾਲੀ ਸਾਈਡ ਜਿਹੜੀ ਮੇਰੇ ਵੀਰੋ ਗੋਂਦਿਆਂ ਦੀ ਟੀਮ ਜ਼ਿਲ੍ਹੇ ਮੋਗੇ ਤੋਂ ਪੁੱਜੀ ਆ ਲਵਿੰਦਰ ਗੋਂਦਿਆਂ ਵਾਲਾ ਉੱਚਾ ਲੰਮਾ ਕੱਦ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਤੇ ਚਾਰ ਜਾਫੀਆਂ ਦੇ ਵਿੱਚ ਮੇਰੇ ਵੀਰੋ ਜੇ ਕਹਿੰਦੇ ਨੌਜਵਾਨ ਗੱਭਰੂ ਪ੍ਰਗਟ ਚੀਮਿਆਂ ਵਾਲਾ ਜਫਾ ਲਾਉਂਦਾ ਬਲਜਿੰਦਰ ਬਖਤਗੜੀਆ ਤੇ ਨਾਲ ਵਿੱਕੀ ਸਾਡਾ ਵੀਰ ਕਹਿੰਦੇ ਉਨੇ ਹੀ ਵੱਡੇ ਮਾਨ ਸਨਮਾਨ ਦਿੱਤੇ ਜਾਣੇ ਨੇ ਚਮਕੌਰ ਨੂੰ ਕੀਤਾ ਟੱਚ ਬਿੰਦਰ ਆਪਣੀ ਟੀਮ ਦੇ ਸਿਰ ਲੱਖਾਂ ਜਾਂ ਪੁਆਇੰਟ ਜੋੜਦਾ ਲੈ ਵੀ ਸੋਨੀ ਨੌਜਵਾਨ ਪਾ ਗੱਭਰੂ ਆ ਕਬੱਡੀ ਲੋ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਸੋਨੀ ਅਗਲੀ ਕਬੱਡੀ ਪਾਉਣ ਦੇ ਲਈ ਘੁਣਸ ਪਿੰਡ ਦਾ ਵਾਧਾ ਹੋਇਆ ਚਾਰ ਜਾਫੀਆਂ ਤੇ ਬੋਲੇ ਹੋਏ ਧਾਵਾ ਅਮਨ ਨੌਜਵਾਨ ਸਿੱਧਮਾ ਵਾਲਾ ਕਰਦਾ ਟਰਾਈ ਮੇਰੇ ਵੀਰੋ ਲੱਖੀ ਦਾ ਪਿੰਡ ਉੱਤੇ ਪੁਆਇੰਟ ਸੋਨੀ ਘੁਣਸ ਪਿੰਡ ਦਾ ਆਪਣੀ ਟੀਮ ਦੇ ਸਿਰ ਲੱਖਾਂ ਜਾਂ ਪੁਆਇੰਟ ਜੋੜਦਾ ਪਾ ਵੀ ਨੌਜਵਾਨ ਰਾਜੂ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੁੰਦਾ ਤੇ ਚਾਰ ਜਾਫੀਆਂ ਦੇ ਵਿੱਚੋਂ ਵੇਖਾਂਗੇ ਵੀ ਹੁਣ ਕਿਹੜਾ ਨੌਜਵਾਨ ਲੱਖਾ ਚਮਕੌਰ ਜਾਂ ਮੇਰੇ ਵੀਰੋ ਲਾਡੀ ਜਫਾ ਲਾਉਂਦਾ ਆਓ ਵੇਖੋ ਮੇਰੇ ਵੀਰੋ ਕਹਿੰਦੇ ਨੌਜਵਾਨ ਦੀ ਖੇਡ ਦੇ ਸਦਾਈ ਆ ਆਓ ਵੇਖੋ ਖੇਡ ਦੀ ਜੱਗ ਤੋਂ ਬੱਲੀ ਜਫੇ ਦੀ ਦੁਨੀਆਂ
हेलो 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 आवाज दे जी आवाज दे दे जी और आवाज दो हेलो हेलो साडा वीर बहुत वधिया कमेंट्री कर रहा है इन मैं दस देना चाहना देखो जिवें हुण एल सी डी दे पलटीले मोटरसाइकलां नाल सन्मानित कीता जा रहा खिडारियों नूं कल इस तरह ही 50 किलो दे विच जो बेस्ट राइडर दे बेस्ट जापी सी साडे काल जो धालीवाल वल्लों साइकलां नाल सन्मानित कीता गया छोटे बच्चों नूं बड़े माण वाली गल है जी हेलो बेस कर दी थोड़ी जी लो खेड मैदान दे विच मेरे वीर राजू अपनी टीम दे से लखा जा पॉइंट जोड़दा उधर साडा वीर बिक्की चिमे जोधपुर वाला ते नाल मेरे वीर साडा वीर सरना कनेडा जेड़ा मेरे वीर इस कबड्डी टूरनामेंट दा मेरे वीर मान वधाउंदा पलटीन दो मोटरसाइकिल दिते जाने दे बैठ जाफी दे रेडर लई यादविंदर सिंह यादा साडा वीर मेरे वीर ज्ञानी बख्त कड़िया ते नाल बिक्की होरी कहिंदे वी प्रगट जिन्हें भी जफे लाऊ तो उन्हें 500-500 रुपए के मान सम्मान सेवक अपनी टीम दे से लखा जा पॉइंट जोड़दा पा भी नौजवान अगली कबड्डी खेड मैदान दे विच साठवां शरीर इस नौजवान दा मेरे वीरो वध के कबड्डी पाउण दे लई अगली कबड्डी पाउण दे लई वाधा जा रहा अगला मैच किहड़ा जी अगला अनाउंस कर दो जी सीनीवाल ते संगेड़ा रायसर अलीपुर खालसा ए टीमा रसूलपुर दी टीम जड़ी बाई दे वेचा लो खेड़ मैदान दे विच मेरे वीरो बिंदर अपनी टीम से लखा जा पॉइंट जोड़दा होया के मारिया बिच कबड्डी मल्ला हुंदियां सत्थां दे विच गल्ला हथ ला के जाफी नूं सूकदा जांदा बई कहिंदे घुंस पिंड दा सोनी ते जफा टामा खांदा ही किते किते जफा लगदा लो सोनी चढ़दी प्रेस मेरे वीरो पई हुई कबड्डी पॉइंट अपनी टीम दे से जोड़ गया मेरे वीरो सोनी अपनी टीम दे से लखा जा पॉइंट जोड़दा ते अगली कबड्डी राजू मेरे वीरो खेड मैदान दे विच फिर पाउण दे लई वादा होया कि हाड़ा सड़दे नशियां नूं नशे ते जिंदे रोल जवाना कप ओही ओ चक्कणगे जिन्हां दे डौले पट्टां विच जाना कप ओही ओ चक्कणगे बहुत ही सत्कारयोग साडा वीर मेरे वीरो मनजीत मैंबर महलकला वाला ओह वी विशेष तौर ते मेरे वीरो वड्डी रिश्तेदारी इस नगर दे नाल मेरे वीरो सरने होरां दे नाल भरावां तों वध के प्यार अज विशेष तौर ते पुज्जे होए ने ते अगली कबड्डी खेड मैदान दे विच फिर नौजवान गबरू मेरे वीरो पाउण दे लई वाधा होया फ्रेंड डीजे साउंड सर्विस वाले दा वड्डा धन्नवाद करदे आ जिथे माखिड़ कबड्डी नूं प्यार करदा मेरे वीरो टल्लेवाल नगर दा नां भी इस गबरू ने पूरी दुनिया भर च फेमस करता अपनी बुलंद आवाज दित्ती है अगलियां टीमां सीनीवाल कलां ते संगेड़ा इह भी टीमां तैयारी फड़ के खेड मैदान दे विच हेलो 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 हाँ जी आवाज साउंड दी दे जी लाइट आ गई लगता दुबारे कट के लाया हूं साढ़े वीर मेंटू करोड़ दा कबड्डी दे बुलारे दा मेरे वीर मान सम्मान कीता प्रबंध कमेटी वलियो पा भी नौजवाना अगली कबड्डी उधर साढ़ा वीर बिक्की ते नाल मेरे वीर सरना साढ़ा वीर मेरे वीर कनेडा वाला ते नाल साडा वीर यादविंदर सिंह ज्ञानी मेरे वीर बख्तगढ़ वाला ते बिक्की होरी मान सम्मान करदे ने मेरे वीर कहिंदे भी लो खेड़ मैदान दे विच चमकार सिंह नौजवान गबरू ते दूसरे पासे राजू नौजवान गबरू खेड़ मैदान दे विच जिले मोगे दा अपनी टीम दे से लखा जा पॉइंट जोड़दा होया पा भी सेवक नौजवान है अगली कबड्डी के परदेसां तों आउंदे ने प्रवासी वीरे मां खेड़ कबड्डी नाल कमाउण दे लई जिहड़े नहीं आउंदे पैसे भेजदे ने मां खेड़ कबड्डी दा कर्ज चुकाउण दे लई
संदीप गौड़ कंती दे नाल संपर्क कर ले साडा वीर। लो खेड मैदान दे विच सेवक दी पहली कबड्डी ते चार जाफियां दे विचों वेखांगा वी नौजवान गबरू। लो करदा ट्राई बिंदर मेरे वीर, आओ वेखो पॉइंट धावी दे हिस्से जुड़दा, पॉइंट धावी दे हिस्से जुड़दा ते अगली कबड्डी नौजवान गबरू बिंदर फिर पाउण दे लई मेरे वीरो वाधा होया। ओ चलमा कद भारी आ शरीर, साठवां शरीर मेरे वीरो इस नौजवान गबरू दा के देख के शरीर भुख लेंदी पूरी लगता जरूर ने चुंगी होनी बूरी, दौड़ लाई होनी नहर के किनारे किनारे डंड कड़े होया। खेड़ खेड़ की कबड्डी इन्हें पिंड पिंड झंडे गड्डे होया, हुण वेखदे भी कहो जी गल आउंदी आ। ते निम्मा भोडी पुरे वाला अपने समय का स्तार करदा फैसला, पॉइंट धावी दे हिस्से जुड़दा ते सोनी अगली कबड्डी पाउण दे लई वाधा होया। के सोनी अजमेर कौरा कीता बदनी, के सीरज ही रेड़ पला कीने कढ़नी, के कमाल दा ग्रिप पप्पू चूड़ चकदा, कहिंदे नट वांगू कैंची गंगी लोपो कसदा, रैसर दा राजा ते चन्नण वाली आ गोपी वी कराउंदे जय जय कार मित्रो। खेड के कबड्डी बली पुत मावां दे बणदे ने सुपर स्टार मित्रो, बणदे ने सुपर स्टार मित्रो। मेहनत करनी पैंदियां, खुराकां खानियां पैंदियां। हां जी जिहड़ा ओपन दा पहला नाम अज्ज ना इह करन कनेडा ਤੋਂਕ ਇਹਨਾਂ ਵੱਲੋਂ ਦਿੱਤਾ ਜਾਣਾ ਜੀ। ਦੂਜਾ ਨਾਮ ਸਿਮਰਜੀਤ ਸਿੰਘ ਸਰਾਂ ਕੈਨੇਡੀਅਨ, ਪ੍ਰਦੀਪ ਸਿੰਘ ਸਰਾਂ ਕੈਨੇਡੀਅਨ ਇਹਨਾਂ ਵੱਲੋਂ ਦਿੱਤਾ ਜਾਣਾ ਜੀ। ਬੜੇ ਮਾਣ ਵਾਲੀ ਗੱਲ ਹੈ, ਕੱਲ ਸਾਈਕਲਾਂ ਨੇ ਜੋ ਨਾਮ ਦਿੱਤੇ ਸੀ ਅਕਾਲ ਜੋਤ ਧਾਲੀਵਾਲ ਇਹਨਾਂ ਵੱਲੋਂ ਦਿੱਤੇ ਗਏ 50 ਕਿੱਲੇ ਦੇ ਵਿੱਚ ਜੋ ਫਾਸਟ ਰੇਡਰ ਤੇ ਫਾਸਟ ਜਾਫੀ ਸੀ। ਉਧਰ ਸਾਡਾ ਵੀਰ ਗਿਆਨੀ ਬਖਤ ਗੜੀਆ ਮਾਨ ਸਨਮਾਨ ਨਾਲ ਬਿੱਕੀ ਉਰੀ 500 ਰੁਪਏ ਦੇ ਮਾਨ ਸਨਮਾਨ ਮੇਰੇ ਵੀਰੋ ਚੀਮੇ ਜੋਧਪੁਰ ਵਾਲੇ ਦੇ, ਕਹਿੰਦੇ ਪ੍ਰਗਟ ਦੇ ਲਈ ਵੱਡੇ ਮਾਨ ਸਨਮਾਨ ਕਰਦੇ ਨੇ। ਲਓ ਖੇਡ ਮੈਦਾਨ ਦੇ ਵਿੱਚ ਸੇਵਕ ਦੀ ਪਈ ਹੋਈ ਕਬੱਡੀ ਤੇ ਚਾਰ ਜਾਫੀਆਂ ਦੇ ਵਿੱਚ ਵੇਖਦਾ ਨੌਜਵਾਨ ਗੱਭਰੂ ਕਰਦਾ ਟਰਾਈ ਤੇ ਪੁਆਇੰਟ ਧਾਵੀ ਦੇ ਹਿੱਸੇ ਜੁੜਦਾ, ਪੁਆਇੰਟ ਮੇਰੇ ਵੀਰੋ ਘੁੰਸੀ ਟੀਮ ਦੇ ਹਿੱਸੇ ਜੁੜਦਾ। ਕਿ ਮੋਟਰ ਮਿੱਤਰਾਂ ਦੀ ਚੱਲ ਚੱਲੀਏ ਸ਼ਹਿਰ ਬਰਨਾਲੇ, ਇੱਕ ਪਾਸੇ ਮੋਗੇ ਦੀ ਟੀਮ ਤੇ ਦੂਸਰੇ ਪਾਸੇ ਜ਼ਿਲ੍ਹੇ ਬਰਨਾਲੇ ਦੀ ਟੀਮ ਆ ਮੇਰੇ ਵੀਰੋ। ਤੇ ਬਿੰਦਰ ਅਗਲੀ ਕਬੱਡੀ ਗੋਂਦਾ ਦੀ ਧਰਤੀ ਦਾ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਕਿ ਸਿਰਗਟ ਪੀ ਕੇ ਕੱਸਾਂ ਵਿੱਚ ਪਰਫਿਊਮ ਲਗਾਈ ਜਾ, ਕਿ ਦਾਰੂ ਪੀ ਕੇ ਮੂੰਹ ਵਿੱਚ ਲੌਂਗ ਲਾਚੀਆਂ ਪਾਈ ਜਾ, ਕਿ ਦਾਈਆਂ ਕੋਲੋਂ ਜਿੰਨਾ ਮਰਜ਼ੀ ਪੇਟ ਸਪਾਈ ਜਾ, ਕਿ ਸੱਚ ਸਾਹਮਣੇ ਆ ਕੇ ਰਹਿੰਦਾ ਲੁਕਦਾ ਨੀ ਮਿੱਤਰਾ, ਚੋਰੀ ਯਾਰੀ ਨਸ਼ਾ ਸਪਾਇਆ ਸੁਪਦਾ ਨੀ ਮਿੱਤਰਾ। ਅਰਜਨ ਦੇ ਤੀਰ ਵਾਂਗ ਉਂਗਲੀ ਸਿੱਧੀ ਕੀਤੀ ਆ, ਕਿ ਮੈਂ ਵੀ ਜੱਟ ਦਾ ਪੁੱਤ ਹਾਂ ਅਰਜਨ ਵਰਗਾ ਨੀ, ਅੱਖਾਂ ਬੰਨ ਕੇ ਤੀਰ ਟਿਕਾਣੇ ਲਾ ਦੂੰਗਾ, ਅੱਖਾਂ ਬੰਨ ਕੇ ਤੀਰ ਟਿਕਾਣੇ ਲਾ ਦੂੰਗਾ। ਸੋਨੀ ਘੁੰਸਾਂ ਦਾ ਅਗਲੀ ਕਬੱਡੀ ਪਾਉਣ ਦੇ ਲਈ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਫਿਰ ਨੌਜਵਾਨ ਗੱਭਰੂ ਵਾਧਾ ਹੋਇਆ। ਕਿ ਬਿਨਾਂ ਗਿਣੇ ਨਸ਼ੇ ਦੀਆਂ ਗੋਲੀਆਂ ਜੋ ਖਾਂਦੇ ਨੇ ਉਹੀ ਮੁੰਡੇ ਆਪਣੀ ਜਵਾਨੀ ਗਾਲੀ ਜਾਂਦੇ ਨੇ, ਸੂਟਿਆਂ ਤੇ ਸੀਸੀਆਂ ਨੇ ਚੂਸਲੇ ਲਾਲੀਆਂ ਚਿਹਰੇ ਤੇ ਕਿੱਥੋਂ ਸੌਣੀਆਂ, ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਤੇ ਖਾਧੀਆਂ ਖੁਰਾਕਾਂ ਗਮਾਉਣੀਆਂ। ਲਓ ਖਾਧੀ ਖੁਰਾਕ ਨੇ ਦੱਸਿਆ ਪੁਆਇੰਟ ਢੇਰੀਆਂ ਤੇ ਆ ਕੇ ਮੇਰੇ ਵੀਰੋ ਆਪਣੀ ਟੀਮ ਦੇ ਕਬਜ਼ੇ ਕੀਤਾ। ਸੋਨੀ ਘੁੜਸ ਪਿੰਡ ਦੇ ਤੇ ਰਾਜੂ ਅਗਲੀ ਜ਼ਿਲ੍ਹੇ ਮੋਗੇ ਵਾਲਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਫਿਰ ਵਾਧਾ ਹੋਇਆ। ਪਈ ਹੋਈ ਇਸ ਗੱਭਰੂ ਦੀ ਕਬੱਡੀ ਤੇ ਚਾਰ ਜਾਫੀਆਂ ਤੇ ਬੋਲਿਆ ਹੋਇਆ ਧਾਵਾ, ਹੁਣ ਵੇਖਾਂਗੇ ਵੀ ਕਹੋ ਜੀ ਗੱਲ ਆਉਂਦੀ ਆ। ਕਹਿੰਦੇ ਚਮਕੌਰ ਦੀ ਹਿੱਕ ਚ ਟੱਚ ਲਾਇਆ, ਹੁਣ ਵੇਖੋ ਦੋਨੋਂ ਖਿਡਾਰੀਆਂ ਨਾਲ ਲੱਗਿਆ ਹੋਇਆ ਜ਼ੋਰ, ਇੱਕੋ ਜਿਹਾ ਸਰੀਰ ਮੇਰੇ ਵੀਰੋ, ਖੁਰਾਕਾਂ ਵੱਖੋ ਵੱਖਰੀਆਂ, ਤਕਨੀਕਾਂ ਵੱਖੋ ਵੱਖਰੀਆਂ, ਪੁਆਇੰਟ ਧਾਵੀ ਦੇ ਹਿੱਸੇ ਜੁੜਦਾ। ਹਾਂਜੀ ਸਾਡੇ ਸੰਸਾਰ ਸਿੰਘ ਦਾ ਲੜਕਾ ਗੋਰਾ ਉਹ ਸਾਡੇ ਨਾਲ ਸੰਪਰਕ ਕਰੇ, ਗੋਰਾ ਜਿੱਥੇ ਵੀ ਬਾਤ ਸੁਣਦਾ ਗੋਰਾ ਸਾਡੇ ਨਾਲ ਸੰਪਰਕ ਕਰੇ। ਸੰਸਾਰ ਸਿੰਘ ਦਾ ਲੜਕਾ ਬਹੁਤ ਹੀ ਫਸਵੇਂ ਮੈਚ ਚੱਲ ਰਹੇ ਵੀਰੋ, ਦੱਸ ਦੇਣਾ ਚਾਹੁੰਦੇ ਆ ਜਿਹੜਾ ਇਹਦੇ ਓਪਨ ਵਿੱਚ ਪਹਿਲਾ ਨਾਮ ਹੈ ਕਰਨ ਕਨੇਡਾ ਉਹਨਾਂ ਵੱਲੋਂ ਦਿੱਤਾ ਜਾਣਾ ਜੀ। ਦੂਜਾ ਨਾਮ ਸਿਮਰਜੀਤ ਸਰਾਂ ਪ੍ਰਦੀਪ ਸਰਾਂ ਕੈਨੇਡੀਅਨ ਇਹਨਾਂ ਵੱਲੋਂ ਦਿੱਤਾ ਜਾਣਾਗਾ। 73 ਕਿੱਲੇ ਦੇ ਪਹਿਲਾਂ ਜੋ ਮੈਚ ਹੋਏ ਸੀ ਉਹ ਪਹਿਲਾ ਨਾਮ ਸੀਗਾ ਦਵਿੰਦਰ ਸਿੰਘ ਧਾਲੀਵਾਲ ਵੱਡਾ ਘਰ ਇਹਨਾਂ ਵੱਲੋਂ, ਕੀਤੂ ਢੁੰਡਾ ਇਹਨਾਂ ਵੱਲੋਂ ਦੂਜਾ ਨਾਮ ਦਿੱਤਾ ਗਿਆ ਸੀਗਾ। ਕੱਲ 50 ਕਿੱਲੇ ਦੇ ਵਿੱਚ ਜੋ ਪਹਿਲਾ ਨਾ ਬੈਸਟ ਰੇਡਰ ਦੇ ਵਿੱਚ ਜਾਫੀ ਨੂੰ ਅਕਾਲ ਜੋਤ ਵੱਲੋਂ ਸਾਈਕਲ ਦਿੱਤੇ ਗਏ ਸਨ। ਜਿਹੜਾ 65 ਕਿੱਲੇ ਦਾ ਪਹਿਲਾ ਨਾਮ ਸੀ ਕੱਲ ਉਹ ਦਰਬਾਰਾ ਸਿੰਘ ਜੋਲੀ ਕੇ ਉਹਨਾਂ ਵੱਲੋਂ ਦਿੱਤਾ ਗਿਆ ਸੀਗਾ। ਗਾਹਲੀਵਾਲ ਸਾਡੇ ਕੋਲ ਲਿਫਟ ਪਹੁੰਚ ਚੁੱਕੀ ਆ, ਬਹੁਤ ਵੱਡੇ ਮਾਨਾਂ ਸਨਮਾਨਾਂ ਦੇ ਨਾਲ ਇਸ ਟੂਰਨਾਮੈਂਟ ਇਸ ਖਿਡਾਰੀਆਂ ਨੂੰ ਸਨਮਾਨਿਤ ਕਰਾਂਗੇ।
उधर साढ़े बहुत ही सत्कार जो गुरदीप सिंह जी तोंगोल का भाणजा मेरे भीरो करन साडा वीर मेरे भीरो इस टूरनामेंट लई बहुत वड्डे योगदान ने। एक बार इस परिवार के लिए ताड़ी मार दो दर्शक भीरो जिन्हां ने इस टूरनामेंट लई वड्डा माण वधाया साडे वीर करन होरां ने ते नाल बहुत ही सत्कार जो सिमरजीत सामरे होरां ने। मेरे भीरो राजू की पहली कबड्डी ते चार जाफियों दे उत्ते वेखदा मेरे भीरो बोलिया होया तावा लो पई हुई कबड्डी ते वेखांगा भी केड़ा नौजवान इस वेले लाउंदा। मेरे वीरो जफा खेड़ मैदान दे विच कहिंदे लाडी है आ नौजवान घुणसा दा ते दूसरे पासे राजी अपनी टीम दे सिलखा जा पॉइंट जोड़दा ते अगली कबड्डी सेवक मेरे वीरो खेड़ मैदान दे विच फिर पाउंदा होया सारे इन्नर ही वीरां दा जिन्हां ने टूरनामेंट लई बहुत वड्डे योगदान दित्ते ने। कि तत्ता तत्ता गुर नहीं खाता जीने कलाड़ी तो कि जान वार नहीं सिखी नी यारां दी यारी तो सच पुछो जो दानी अते त्यागी नहीं हुंदा कि बेसक रवे पंजाब च भावें रवे पंजाब चो पंजाबी नहीं हुंदा भावें रवे पंजाब चो पंजाबी नहीं हुंदा। साडे वीर करन होरां दा वड्डा माण सत्कार मेरे वीरो सामरे परिवार का सत्कार योग ते नाल मेरे वीरो बहुत ही सरना साडा वीर उन्हां परिवार वल्लों भी मेरे वीरो इस टूरनामेंट लई वड्डा योगदान ने। ते बिंदर मोगे वाला अगली कबड्डी उच्चा लंबा कद वेखो खेड़ मैदान दे विच पाउण दे लई वधिया होया चार जाफियां दे विच वेखदा किहड़ा नौजवान मारदा खुच पट के जफा उधर यादविंदर सिंह साडे वीर ते मेरे वीरो साडे वीर यादविंदर उरी बेकी उरी ते नाल सरने उरी मेरे वीरो वड्डा मान सम्मान करदे ने साडे वीर प्रगट दे लई। लो खेड़ मैदान दे विच अगली कबड्डी सोनी घुणसुदी धरती दा मेरे वीरो सियासतां दा पिंड है शाहदानियां दा पिंड है मेरे वीरो संत बलवीर सिंह जी कौंसल मौजूदा एमएलए दा पिंड है ते खेड़ मैदान दे विच उसे पिंड दा सोनी अपनी टीम दे सिलखा जां पॉइंट जोड़दा सीनीवाल ते संघेड़ा ये टीमां दोनों टीमां जल्दी दे नाल ही खेड़ मैदान दे विच तैयारी फड़ लेणगियां जल्दी दे नाल ही आ जाण ते नाल ही मेरे वीरो अगला मैच रायसर ते अलीपुर खालसा ਇਹ ਵੀ ਟੀਮਾਂ ਤਿਆਰੀ ਫੜ ਕੇ ਜਲਦੀ ਦੇ ਨਾਲ ਹੀ ਖੇਡ ਮੈਦਾਨ ਦੇ ਵਿੱਚ ਪਹੁੰਚਣ ਤੇ ਸਾਹਮਣੇ ਰਾਜੂ ਦੀ ਪਈ ਹੋਈ ਕਬੱਡੀ ਤੇ ਚਾਹ ਜਾਫੀਆਂ ਦੇ ਵਿੱਚੋਂ ਵੇਖਦਾ ਨੌਜਵਾਨ ਗੱਭਰੂ ਐਸਲੇ ਜਫਾ ਲਾ ਪਾਊ ਕਿ ਨਹੀਂ ਮਿੱਤਰੋ ਉੜਦੀ ਧੂੜ ਦੱਸਦੀ ਆ ਵੀ ਪੁਆਇੰਟ ਧਾਵੀ ਦੇ ਹਿੱਸੇ ਜੁੜਦਾ ਕਹਿੰਦੇ ਲੱਖੇ ਨੇ ਕੀਤੀ ਟਰਾਈ ਲੱਖੇ ਘੁਣਸਾਂ ਵਾਲ ਦੀ ਕੀਤੀ ਹੋਈ ਟਰਾਈ ਤੇ ਸੇਵਕ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਫਿਰ ਪਾਉਣ ਦੇ ਲਈ ਵਾਧਾ ਹੋਇਆ ਕਿ ਜਿੱਥੇ ਗਰੀਬ ਸੜਕਾਂ ਤੇ ਸੁੱਤੇ ਨੇ ਉਹ ਜਿਹੜੇ ਦੇਸ਼ ਚ ਕਾਰਾਂ ਚ ਘੁੰਮਦੇ ਕੁੱਤੇ ਨੇ ਜਿੱਥੇ ਬਲਾਤਕਾਰੀ ਸਾਧ ਆਪਣੇ ਆਪ ਨੂੰ ਕਹਾਉਂਦੇ ਸੁੱਚੇ ਨੇ ਉਹ ਜਿਹੜੇ ਦੇਸ਼ ਚ ਲੀਡਰ ਲੁੱਚੇ ਨੇ ਜਿੱਥੇ ਮਜ਼ਦੂਰ ਦੇ ਬੱਚੇ ਭੁੱਖੇ ਨੇ ਮੈਂ ਸੱਚੀ ਗੱਲ ਉਹ ਆਖੀ ਸਾਂ ਮੈਂ ਉਸ ਦੇਸ਼ ਦਾ ਵਾਸੀ ਹਾਂ ਜਿੱਥੇ ਔਰਤ ਕੁੜ ਦੀ ਰੋੜੀ ਹੈ ਬੱਚੇ ਹੱਥ ਵੀ ਥੌੜੀ ਹੈ ਜਿੱਥੇ ਚਲਦੀ ਰਿਸ਼ਵਤ ਖੋਰੀ ਹੈ ਕੁੱਖ ਚ ਮਾਰ ਕੇ ਧੀ ਨੂੰ ਪੁੱਤਾਂ ਦੀ ਵੰਡਦੇ ਲੋਹੜੀ ਹੈ ਮੈਂ ਸੱਚੀ ਗੱਲ ਉਹ ਆਖੀ ਸਾਂ ਮੈਂ ਉਸ ਦੇਸ਼ ਦਾ ਵਾਸੀ ਹਾਂ। ਸੀਨੀਵਾਲ ਕਲਾਂ ਤੇ ਸੰਘੇੜੇ ਦੀਆਂ ਟੀਮਾਂ ਜਲਦੀ ਦੇ ਨਾਲ ਹੀ ਤਿਆਰੀ ਫੜ ਕੇ ਖੇਡ ਮੈਦਾਨ ਦੇ ਵਿੱਚ ਪਹੁੰਚਣਗੀਆਂ ਤੇ ਅਗਲੀ ਕਬੱਡੀ ਬਿੰਦਰ ਮੇਰੇ ਵੀਓ ਪਾਉਣ ਦੇ ਲਈ ਵਾਧਾ ਹੋਇਆ ਚਾਰ ਜਾਫੀਆਂ ਤੇ ਬੋਲਿਆ ਹੋਇਆ ਧਾਵਾ ਹੁਣ ਵੇਖਦਾ ਵੀ ਜਾਫੀ ਨੇ ਠੱਲ ਪਾਉਣੀ ਹੈ ਬੋਲੇ ਹੋਏ ਧਾਵੇ ਨੂੰ ਲੈ ਵੀ ਪ੍ਰਗਟ ਨੌਜਵਾਨਾਂ ਤੇ ਲੱਖਾ ਕਰਦਾ ਟਰਾਈ ਆਓ ਵੇਖੋ ਉੜਦੀ ਜਵਾਨੀ ਮੇਰੇ ਵੀਰੋ ਅੱਜ ਕਲੋਲਾ ਕਰਦੀ ਟੱਲੇਵਾਲ ਦੇ ਖੇਡ ਦੇ ਗਰਾਊਂਡਾਂ ਵਿੱਚ ਤੇ ਅਗਲੀ ਕਬੱਡੀ ਮੇਰੇ ਵੀਰੋ ਕਿ ਤਲਵਾਰਾਂ ਵਾਂਗੂ ਲਿਸਕਣ ਪਿੰਡੇ ਇਹਨਾਂ ਸ਼ੇਰ ਜਵਾਨਾਂ ਦੇ ਭੇੜ ਸਾਨਾਂ ਦੇ ਵੇਖਣ ਵਾਲੇ ਹੁੰਦੇ ਆ ਕੇ ਵਿੱਚ ਮੈਦਾਨਾਂ ਦੇ ਕਬੱਡੀ ਪ੍ਰੇਮੀ ਰੱਖਣ ਸਾਹਿਬ ਵਿਦੇਸ਼ਾਂ ਵਿੱਚ ਧੁੰਮਾਂ ਪਾਈਆਂ ਦੇ ਕਿ ਬਾਹਾਂ ਵਿੱਚ ਨਾੜਾਂ ਖੜੀਆਂ ਸਬੂਤ ਨੇ ਕਹਿੰਦੇ ਵੀ ਮਿਹਨਤਾਂ ਲਾਈਆਂ ਦੇ ਕਿ ਪਰਬਤਾਂ ਵਰਗੇ ਚੋਬਰਾਂ ਨੂੰ ਕੋਈ ਨਾ ਫੀਤਾ ਨਾਪੇ ਕੌਡੀ ਖੇਡਣ ਜਿਨ੍ਹਾਂ ਦੇ ਪੁੱਤਰ ਉਹਨੇ ਕਰਮਾਂ ਵਾਲੇ ਮਾਪੇ ਉਹਨੇ ਕਰਮਾਂ ਵਾਲੇ ਮਾਪੇ ਅਗਲੀ ਕਬੱਡੀ ਰਾਜੂ ਮੇਰੇ ਵੀਰੋ ਪਾਉਣ ਦੇ ਲਈ ਵਾਧਾ ਹੋਇਆ ਗੋਂਦਵਾਲ ਦੀ ਟੀਮ ਦਾ ਰਾਜੂ ਜ਼ਿਲ੍ਹੇ ਮੋਗੇ ਦਾ ਮੇਰੇ ਵੀਰੋ ਅਗਲੀ ਕਬੱਡੀ ਪਾਉਂਦਾ ਹੋਇਆ ਅਗਲੀਆਂ ਟੀਮਾਂ ਸੀਨੀਵਾਲ ਕਲਾਂ ਤੇ ਸੰਘੇੜੇ ਦੀਆਂ ਟੀਮਾਂ ਤਿਆਰੀ ਫੜ ਕੇ ਰੱਖਣਗੀਆਂ ਅਗਲੇ ਮੈਚਾਂ ਦੇ ਲਈ ਲੋ ਚਮਕੌਰ ਸਿੰਘ ਮੇਰੇ ਵੀਰੋ ਹੁਣ ਵੇਖਦਾ ਕਹੋ ਜੀ ਗੱਲ ਆਉਂਦੀ ਆ ਨਿੰਮਾ ਭੋਡੀ ਪੁਰੀਆ ਕਰਦਾ ਫੈਸਲਾ ਪੁਆਇੰਟ ਮੇਰੇ ਵੀਰੋ ਜਾਫੀ ਦੇ ਹਿੱਸੇ ਜੁੜਦਾ ਪੁਆਇੰਟ ਜਾਫੀ ਦੇ ਹਿੱਸੇ ਜੁੜਦਾ ਹਾਂਜੀ ਦਰਸ਼ਕ ਵੀ ਦੱਸ ਦੇਣਾ ਚਾਹੁੰਦੇ ਹਾਂ ਕਿ ਡਾਕਟਰ ਅੰਬੇਦਕਰ ਕਲੱਬ ਵੱਲੋਂ ਜਿਨ੍ਹਾਂ ਦੇ ਪ੍ਰਧਾਨ ਜਗਤਾਰ ਸਿੰਘ
बिजली है। गुरदीप करन कनेडा जिन्हों मिलियो मेरे वीरों मान सम्मान जेड़े रखे गए ने बड़े मेरे वीर इस टूरनामेंट लई ते साडे वीर कन्हैये दी ड्यूटी बाबियां दी इन्हां दा भी दर्शक वीर मान सम्मान करना ते प्रबंधक कमेटी वल्लों भी विशेष तौर पर धन्यवाद करदा। सीनीवाल कला ते संघेड़े दीआं टीमां जल्दी दे नाल ही खेड मैदान दे विच पुज्जणगीआं। घुणसरी टीम जित गई चलदे मैच दे विच घुणसरी टीम जेतू टीम है। हाँ जी जो सम्मान दिता जा रहा है सोहन सिंह जी माहल कला मोगे तो जो पानी की सेवा निभा रहे थे तड़के तो दर्शक भीर पानी पिया बैठे इन्होंने हर एक टूरनामेंट से पानी पिंदे ने सरदार सोहन सिंह जी माहल कला जिला मोगा बहुत सुचे ढंग ने सेवा निभाई थी इन्होंने अभी कौन कौन धन्यवाद करते हैं। इतों बाद मैं बेनती कर दाँगा डॉक्टर अंबेदकर क्लब के प्रधान जगतार सिंह बिजली उन्होंने तजिंदर सिंह तालीवाल प्रिंसीपल अवतार सिंह जगदीप सिंह तोंग काला रंधावा गुरदीप सिंह मंडेर मनप्रीत गिल इन्हें व्यक्तियों सन्मानित करना जी। साढ़े दस ते ग्यारह का मैच खेडा जाना अगलिया टीम हरमन जो पहला मैच होता उस मैच के विचों कौड़ी टीम जीतू आ घुणसरी जीतू मैं दो तीन बारी पहला भी बोलता घुणसरी टीम पहले मैच नहीं जीतू हाँ जी जेडे मैं तो नौ गलत बोलेगा जी काला रंधावा वह काका रंधावा जी साढ़े सत्कार जो काका रंधावा उन्होंने भी सम्मानित किया जाएगा डॉक्टर अंबेदकर क्लब के प्रधान जगतार सिंह बिजली सम्मान देंगे जेने भीर ने मैं नौ बोले प्लीज वह ग्राउंड को पहुंच जाना। तजिंदर सिंह तालीवाल प्रिंसीपल अवतार सिंह जी जगदीप सिंह तोंग काका रंधावा गुरप्रीत मंडेर मनप्रीत सिंह गिल डॉक्टर अंबेदकर क्लब के प्रधान मैं बेनती करदा जगतार सिंह बिजली नूं भी वह सारे जणे दा सम्मान करन। मैं साढ़े कमेंट भीर बेनती कर टीम नौ दस कि इधरों जी एक मिनट मैं की दो मिनट ली सेवा सानू भी दे दो ताकि साढ़े बहुत ही सत्कार योग मेरे भीर करन कनेडा जिन्हों वलियों मेरे भीर बड़े मान सम्मान इस टूरनामेंट ली रखे गए ने बहुत ही सत्कार योग वीर मेरे भीर नाल रवि हुरी बहुत ही प्यारी शख्सियत मेरे भीर सत्कार योग ने धन्यवाद कर दिया। जेड़ी टीम दर्शक भीर सीनीवाल कलां दी खेतां वाली साइड ते पिंड वाली साइड जिहड़ी टीम सड़क वाली साइड मेन गेट वाली साइड संघेड़ियां दी टीम आ लो अगली कबड्डी सीरा नौजन गबरू सीनीवाल कलां वाला मेरे भीर खेड़ मैदान दे विच मेरे वीरो सीरे दी पई हुई कबड्डी 21 तरीक जिहड़ी चन्नणवाल दे कबड्डी कप दी लो वेखदे आ ढींडसा मेरे वीरो खेड़ मैदान दे विच बहुत तकड़ा लाके जफा अपनी टीम इस लखा जां पॉइंट जोड़दा ते अगली कबड्डी लो खेड़ मैदान दे विच तोते ने अपनी टीम दे से लखा जा पॉइंट जोड़िया ते अगली कबड्डी सिख सरदार गबरू मेरे वीरो ज्ञानी सीनीवाल धरती का मेरे वीर कबड्डी पाउण दे लई वाधिया होया इस गबरू दी पई हुई कबड्डी ते वेखदा चार जाफियां दे विचों नौजन गबरू सरदार बलवीर सिंह लो ए नौजन गबरू मेरे वीरो कहिंदे भगवान सिंह धानी ने बहुत तकड़ा लाके जफा अपनी टीम दे से लखा जा पॉइंट जोड़ता पावी बनवौरे वाले नौजवान कहिंदे चैरी
अगली कबड्डी पाने लिए बनवाहरे की धरती का मेरे वीरो वादा होया हरदीप बब्बू जा प्रगट जा मेरे वीरो जिंदर जफा लाउंदा समय की गल आओ पई हुई कबड्डी दे वेखना नौजन हरदीप निम्मा भोडीपुरे वाला ते नाल मेरे वीरो देव दयालपुरे वाला परल वर्ल्ड कबड्डी कप के विच बहुत वड्डियां सवामां रहीआं जफीसल तौर ते पुज्जा साडा वीर अगलिया टीम रायसर ते मेरे वीरो अलीपुर खालसा मौड़ नाभा ते बाबा बुढ़ा क्लब बीला भगता तारी क्लब बीला सैदो ते पोतना यह टीम तैयारी फड़न ढींडसेरा खेड़ मैदान दे विच मेरे वीरो भिंदर दी पई हुई कबड्डी ते लगता होया जोरदार जफा आओ वेखो यह खेड़ नहीं कमजोरां दी यह खेड़ हिक दे जोरां दी यह खेड़ नहीं कमजोरां दी लो अगली कबड्डी मेरे वीरो खेड़ मैदान दे विच नौजवान तोता अपनी टीम दे से लखा जा पॉइंट जोड़दा ते अगली कबड्डी सीरा मेरे वीरो सीनीवाल दी धरती दा मेरे वीरो कबड्डी पाउण दे लई वाधा जा रहा चार जाफी संघेड़े दे के एवें पिंड ना संघेड़ा जानी ते कलरां च पहन कसियां पुराने समय की गल है ते अगली कबड्डी चैरी बनवाहरे वाला मेरे वीरो भारी जां शरीर जट ते जोर जवानी दा दौलिया उत्ते बाज कुड़ाया पर दुद्ध दे सन्ने पी हिक विच जोर सेर दे आया मार डंड लोहा बन गया तोड़े पत्थर अणुआ रड्डी चोबर हो गया पुत जट दा चौंके बूरिया खेड कबड्डी चोबर हो गया पुत जट दा अगली कबड्डी सिख सरदार गबरू के खुल गए थां थां अजकल डेरे साधु घट ते बद्ध लटेरे थोनू राके विच हनेरे बेलण मौजां करदे ने लांत जेड़े गुरु नूं छड के चौंकियां भरदे ने सिखिया दिंदी आ गुरबाणी ना कोई पूजो मड़ी मसाणी मित्रो उलझी पई आ ताणी जब कसूता पै जूगा चौं इट्टां दी मट्टी च बाबा कित्थों बह जूगा चार इट्टां दी मट्टी च बाबा कित्थों बह जूगा अगली कबड्डी खेड़ मैदान दे विच मेरे वीर तोते ने हलो हां जी जिहड़ी मूव दी सेवा गी डाक्टर सुखे वाले लवाई है तिन्ने जणे तोई जिहड़ी मूव सुखरे दी सेवा गी डाक्टर सुखे वाले लवाई जा रही है तिन्ने जणे तों कोई त्राज त्रूज की गल कर दे जी प्रबंधक कमेटी सुनो हाँ जी लपिंदर भी पई हुई कबड्डी एक पास है कहते नौजवान गबरू लो वेख रहा भी गगन ठीक है नौजवान संघेड़िया वाला ठीक है ओके रिजल्ट डिक्लेयर न करो जी कहते त्राज इन्हां दे केड़ी केड़ी टीम दे त्राज आए जी ਕਿਹੜੀ ਟੀਮ ਦੇ ਇਤਰਾਜ ਲੱਗ ਰਿਹਾ ਸੰਘੇੜਿਆਂ ਤੇ ਇਤਰਾਜ ਆ ਗਿਆ ਜੀ ਸਿੰਨੀਵਾਲ ਦੀ ਹਾਂਜੀ ਸੰਘੇੜਿਆਂ ਦੇ ਇਤਰਾਜ ਹੈ ਸਿੰਨੀਵਾਲ ਵੱਲੋਂ ਅਗਲਾ ਮੈਚ ਰਾਇਸਰ ਰਿਜ਼ਲਟ ਅਲੀਪੁਰ ਖਾਲਸਾ ਜੀ ਆ ਲਿਖ ਲਈ ਨਾਲੇ ਮੌੜ ਨਾਭਾ ਬਾਬਾ ਬੁੱਢਾ ਕਲੱਬ ਬੀਲਾ ਭਗਤਾ ਤਾਰੀ ਕਲੱਬ ਬੀਲਾ ਸੈਦੋ ਦੇ ਭੋਤਨਾ ਹੈਲੋ ਵੀਰੇ ਇੱਕ ਮਿੰਟ ਜੂਪਾ ਸਰਾ ਉਹਨਾਂ ਦਾ ਸਪੁੱਤਰ ਜੋ ਫੌਜੀ ਹੈ ਉਹਨੇ 500 ਰੁਪਏ ਭੇਜੇ ਜੀ ਜਿਹੜਾ ਸਾਡਾ ਵੀਰ ਨੇ ਪਾਣੀ ਦੀ ਸੇਵਾ ਨਿਭਾ ਰਿਹਾ ਸੀ ਗਰਾਊਂਡ ਦੇ ਵਿੱਚ ਬਜ਼ੁਰਗ ਸੋਹਣ ਸਿੰਘ ਮਾਲਕਲਾ ਉਹ ਮੈਂ ਤੋਂ ਅੱਗੇ ਆਪਣਾ ਨਾਮ ਲੈ ਜਾਣ ਜੀ ਸੋਹਣ ਸਿੰਘ ਮਾਲਕਲਾ ਵਾਲੇ ਜੂਪਾ ਉਹਨੇ ਸਪੁੱਤਰ ਹੈ ਜੋ ਫੌਜੀ ਨੇ ਉਹਨਾਂ ਵੱਲੋਂ ਦਿੱਤਾ ਗਿਆ ਜੀ 500 ਰੁਪਇਆ ਤਰਾਜ ਕਮੇਟੀ ਬੰਟੀ ਸਾਡਾ ਵੀਰ ਕਿਤੇ ਵੀ ਆਵਾਜ਼ ਨੂੰ ਸੁਣਦਾ ਵੱਡੀਆਂ ਸੇਵਾਵਾਂ ਨੇ ਮੇਰੇ ਵੀਰ ਉਸ ਵੀਰ ਦੀਆਂ ਬੰਟੀ ਸਾਡਾ ਵੀਰ ਜਲਦੀ ਨਾਲ ਤਰਾਜ ਕਮੇਟੀ ਖੇਡ ਮੈਦਾਨ ਦੇ ਵਿੱਚ ਸਾਈਡ ਤੇ ਆ ਕੇ ਤਰਾਜ ਕਲੀਅਰ ਕਰ ਲੈਣਗੇ ਰਾਇਸਰ ਤੇ ਅਲੀਪੁਰ ਖਾਲਸਾ ਦੋਨੋਂ ਟੀਮਾਂ ਸੈਂਟਰ ਲੈਣ ਤੇ ਆ ਜਾਣ ਰਾਇਸਰ ਤੇ ਅਲੀਪੁਰ ਖਾਲਸਾ ਦੋਨੋਂ ਟੀਮਾਂ ਸੈਂਟਰ ਲੈਣ ਤੇ ਆ ਜਾਣਗੀਆਂ ਜਲਦੀ ਦੇ ਨਾਲ ਰਾਇਸਰ ਤੇ ਅਲੀਪੁਰ ਖਾਲਸੇ ਦੇ ਦਰਮਿਆਨ ਮੈਚ ਲੱਗਣਾ ਤੇ ਦੋਨੋਂ ਟੀਮਾਂ ਤਿਆਰੀ ਫੜ ਗਈਆਂ ਨਾਲ ਹੀ ਬਾਬਾ ਬੁੱਢਾ ਕਲੱਬ ਬੀਲਾ ਤੇ ਮੌੜ ਨਾਭਾ
ਭਗਤਾ ਭਗਤਾ ਭਾਈ ਕਾ ਤਾਰੀ ਕਲੱਬ ਬੀਲਾ ਸੈਤੋ ਤੇ ਭੋਤਨਾ ਇਹ ਵੀ ਟੀਮਾਂ ਤਿਆਰੀ ਫੜ ਲੈਣਗੀਆਂ ਅਗਲੇ ਮੈਚਾਂ ਦੀਆਂ ਟੀਮਾਂ ਨੇ ਬਿਨਾਂ ਕਿਸੇ ਦੇਰੀ ਤੋਂ ਖੇਡ ਦੇ ਗਰਾਊਂਡਾਂ ਵੱਲ ਆ ਜਾਣਗੀਆਂ ਬਈ ਰੈਸਰ ਦੀ ਟੀਮ ਲਈ ਪ੍ਰਬੰਧਕ ਕਮੇਟੀ ਦੇ ਫੈਸਲੇ ਬਈ ਦੋ ਮਿੰਟ ਦੇ ਲਈ ਜਲਦੀ ਦੇ ਨਾਲ ਹੀ ਟੀਮ ਖੇਡ ਗਰਾਊਂਡ ਚ ਆ ਜਾਏ ਰੈਸਰ ਦੀ ਟੀਮ ਰਾਜਾ ਰੈਸਰ ਹੀ ਆਪਣੀ ਟੀਮ ਲੈ ਕੇ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪੁੱਜੇ ਹਾਂਜੀ ਕੁਝ ਦਾਨੀ ਸੱਜਣ ਨੇ ਜਿਨ੍ਹਾਂ ਨੇ ਅਸੀਂ ਸਨਮਾਨ ਰਹਿ ਗਏ ਸੀ ਉਹ ਸਨਮਾਨ ਕਰ ਰਹੇ ਵੀਰੇ ਪ੍ਰਬੰਧ ਕੀਤੇ ਗਏ ਨੇ ਕੂਕਾ ਮਾਰਨ ਦਾ ਕੋਈ ਫਾਇਦਾ ਨਹੀਂ ਗਾ ਹੈਲੋ ਬਕਾਇਦਾ ਮੈਚ ਚੱਲਣਗੇ ਕਹਿੰਦੇ ਦੁਨੀਆਂ ਦਾ ਸਟਾਰ ਪੁੱਜ ਗਿਆ ਮੇਰੇ ਵੀਰੋ ਸਰਦਾਰ ਲੱਡੂ ਸਿੰਘ ਦਾ ਪੁੱਤਰ ਰਾਇਸਰ ਦੀ ਧਰਤੀ ਦਾ ਸੁਖੀ ਕਹਿੰਦੇ ਤਹਿਲਕਾ ਮਚਾਇਆ ਹੋਇਆ ਪੰਜਾਬ ਦੇ ਕੱਪਾਂ ਤੇ ਮੇਰੇ ਵੀਰੋ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਦੁੱਲੇ ਦੇ ਨਾਲ ਤੇ ਮੇਰੇ ਵੀਰੋ ਮੌਲਾ ਕੰਭਾਲੇ ਜੱਟਾਂ ਦੇ ਨਾਲ ਤਕੜੀਆਂ ਕਬੱਡੀਆਂ ਪਾਉਂਦਾ ਲੈ ਵੀ ਸੁਖੀ ਦਰਸ਼ਕਾਂ ਨਾਲ ਫਤਿਹ ਸਾਂਝੀ ਕਰਦੇ ਨੌਜਵਾਨਾਂ ਬਹੁਤ ਤਕੜਾ ਮਾਖਿੜ ਕਬੱਡੀ ਦਰਸ਼ਕ ਵੀਰੋ ਤਾੜੀ ਮਾਰ ਦੇ ਇੱਕ ਵਾਰੀ ਫਿਰ ਨਜ਼ਾਰਾ ਦੇਖਿਓ ਸੰਦੀਪ ਲੱਲੀਆਂ ਮਗੂ 25 ਸਾਲ ਦਾ ਮਾਹਰ ਮੇਰੇ ਵੀਰੋ ਸੁਖੀ ਰੈਸਰ ਵਾਲਾ ਵਿਸ਼ੇਸ਼ ਤੌਰ ਤੇ ਪੁੱਜਿਆ ਅੱਜ ਮੇਰੇ ਵੀਰੋ ਹਾਂਜੀ ਮੂਲ ਸਪਰੇ ਜਿਹਦੇ ਕੋਲ ਹੈਗੀ ਸਾਡੇ ਕੋਲ ਪਹੁੰਚ ਕਰ ਦਿਓ ਮੂਲ ਸਪਰੇ ਸੰਘੇੜਿਆਂ ਦੀ ਟੀਮ ਜੇਤੂ ਆ ਜੀ ਚੱਲਦੇ ਮੈਚ ਦੇ ਵਿੱਚ ਸੰਘੇੜਿਆਂ ਦੀ ਟੀਮ ਭਿੰਨ ਟੀਮ ਆ ਜਿਹੜਾ ਪਰਾਜ ਲੱਗਿਆ ਸੀ ਮੌੜ ਨਾਭਾ ਰਸੂਲਪੁਰ ਤੇ ਗਹਿਲਾ ਇਹ ਮੈਚ ਰਹਿੰਦਾ ਜੀ ਰਸੂਲਪੁਰ ਤੇ ਗਹਿਲਾ ਇਹ ਵੀ ਟੀਮਾਂ ਗਰਾਊਂਡ ਚ ਆ ਜਾਣ ਰਸੂਲਪੁਰ ਤੇ ਗਹਿਲਾ ਇਹ ਵੀ ਟੀਮਾਂ ਜਲਦੀ ਦੇ ਨਾਲ ਹੀ ਗਰਾਊਂਡ ਚ ਆ ਜਾਣ ਰਸੂਲਪੁਰ ਤੇ ਗਹਿਲਾ ਮੈਂ ਬੇਨਤੀ ਕਰਦਾ ਡਾਕਟਰ ਸੁੱਖਾ